ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਫੇਸਬੁੱਕ ਪੇਜ 'ਤੇ। ਲਾਈਵ ਹੋ ਚੁੱਕੇ ਹਾਂ, ਸਾਰੇ ਜਣੇ ਜੁੜੋ, ਆਪਦੇ ਆਪਦੇ ਕਮੈਂਟ ਪੁੱਛੋ ਅਤੇ ਜਿਹੜਾ ਆਪਾਂ ਲਾਈਵ ਦੇ ਵਿੱਚ ਸਾਰਿਆਂ ਦਾ ਜਵਾਬ ਦੇ ਸਕੀਏ। ਅੱਜ ਆਪਾਂ ਖੜ੍ਹੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ, ਅਤੇ ਮੰਡੀ ਬੜੀ ਭਰੀ ਹੋਈ ਹੈ, ਨਾਲੇ ਫੋਰ ਵੀਲ ਟਰੈਕਟਰ ਤੁਹਾਡੇ ਸਾਹਮਣੇ ਖੜ੍ਹਾ, ਸਵਰਾਜ 855 ਪੂਰਾ ਸਜਾਇਆ, ਰੀਜਨਲ ਸਜਾਇਆ। ਇਹ ਸਾਰਿਆਂ ਦੇ ਰੇਟ ਤੁਹਾਨੂੰ ਦੱਸਾਂਗੇ, ਉਦੋਂ ਪਹਿਲਾਂ ਥੋੜ੍ਹੀ ਝਾਤੀ ਮਰਵਾ ਦਈਏ ਤੁਹਾਨੂੰ ਮੰਡੀ ਦੀ, ਤੁਸੀਂ ਦੇਖੋ। ਅਤੇ ਕਮੈਂਟ ਜਿਹੜੇ ਜਣ ਜੁੜਦੇ ਜਾਣ, ਲਾਈਕ ਸ਼ੇਅਰ ਕਰਦੇ ਚੱਲਿਆ ਜੇ, ਕਿਉਂਕਿ ਸਾਰੇ ਜਣੇ ਜੁੜਨ, ਅੱਜ ਆਪਣੇ ਨਾਲ ਸਾਰਿਆਂ ਦਾ ਰਿਪਲਾਈ ਦੇਣਾ, ਕਿਉਂਕਿ ਮਗਰ ਕਮੈਂਟਾਂ ਦੇ ਵਿੱਚ ਕਾਫੀ, ਮੰਨ ਕੇ ਚੱਲੋ ਬਹੁਤ ਜ਼ਿਆਦਾ ਕਮੈਂਟ ਹੋ ਜਾਂਦਾ, ਫਿਰ ਪੜਿਆ ਨਹੀਂ ਜਾਂਦਾ। ਅਤੇ ਫੋਰ ਵੀਲ ਦਾ ਟਰੈਕਟਰ ਆਇਆ 855 ਸਾਹਮਣੇ ਜਿਹੜਾ ਖੜ੍ਹਾ, ਅਤੇ ਕਰਦੇ ਹਾਂ ਆਪਾਂ ਸ਼ੁਰੂ। ਸ਼ੇਅਰ ਕਰ ਦਿਉ, ਉਦੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਉ, ਜੋ ਕਿ ਆਪਾਂ ਸਾਰਿਆਂ ਨੂੰ ਦੱਸ ਸਕੀਏ, ਸਾਰਿਆਂ ਨੂੰ ਰਾਈਟਰਾਂ ਦੇ ਆਪਾਂ ਜਿਹੜੇ ਜਵਾਬ ਦੇ ਸਕੀਏ। ਵੋਇਸ ਅਤੇ ਇੱਕ ਵੀਡੀਓ ਕੁਆਲਿਟੀ ਮੈਨੂੰ ਮਾੜਾ ਜਿਹਾ ਦੱਸ ਦਿਉ ਵੀ ਕਿਵੇਂ ਆ ਰਹੀ ਆ, ਕਿਵੇਂ ਚੱਲ ਰਹੀ ਆ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਉ। ਅਤੇ ਸਾਹਮਣੇ ਆਪਣੇ ਸੁਣਨ ਲਈ ਇੱਕ ਨਵਾਂ ਖੜ੍ਹਾ, ਨਵਾਂ ਜਨਸੀ ਦੇ ਵਿੱਚੋਂ ਆਇਆ ਟਰੈਕਟਰ। ਅਤੇ ਇਦੋਂ ਪਹਿਲਾਂ ਕਿ ਆਪਾਂ ਨੂੰ, ਮੰਨ ਕੇ ਚੱਲੋ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਸੀ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਈਏ, ਵੀ ਉਹਦੇ ਵਿੱਚ ਜਿਹੜਾ ਇੱਕ ਨੰਬਰ ਗਲਤ ਪੈ ਗਿਆ, ਅਤੇ ਉਹ ਉਹਨਾਂ ਦੀ ਗਲਤੀ ਸੀ ਵੀ ਨੰਬਰ ਉਹਨਾਂ ਨੇ, ਮੰਨ ਕੇ ਚੱਲੋ ਗਲਤ ਉਹਨਾਂ ਨੇ ਦਿੱਤਾ, ਆਪਣੀ ਕੋਈ ਗਲਤੀ ਨਹੀਂ ਸੀ। ਅਤੇ ਕਈਆਂ ਨੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਨੰਬਰ ਦਿੱਤਾ ਸੀ ਉਹ ਨੰਬਰ 9 ਅੱਖਰਾਂ ਦਾ ਸੀ ਜੀ। ਅਤੇ ਉਸ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ, ਸਵਰਾਜ ਤੋਂ ਸਟਾਰਟਿੰਗ ਜਿਹੜੀ ਅੱਜ ਸਵਰਾਜ ਤੋਂ ਹੋਣੀ ਆ। ਸਿੰਪਲ ਸਟੀਅਰਿੰਗ ਤੋਂ ਬਾਅਦ ਫੋਰ ਵੀਲ ਦੇ ਵਿੱਚ ਹੈ, ਦੇਖ ਸਕਦੇ ਫੋਰ ਵੀਲ ਦੇ ਵਿੱਚ ਪੂਰਾ ਹੈਵੀ ਆ। ਸ਼ੇਅਰ ਕਰ ਦਿਆ ਜੀ ਵੀਡੀਓ ਨੂੰ, ਲਾਈਕ ਸ਼ੇਅਰ ਕਰ ਦਿਉ ਪਹਿਲਾਂ, ਜੋ ਕਿ ਲਾਈਕ ਸ਼ੇਅਰ ਨਾਲ ਇਹ ਹੋ ਜਾਂਦਾ ਵੀ ਹੌਸਲਾ ਪੂਰਾ ਬਣਿਆ ਰਹਿੰਦਾ ਬੰਦੇ ਦਾ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ। ਸਵਰਾਜ 855 ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਖੜ੍ਹੇ ਹਾਂ, ਅਤੇ ਪੰਜਾਬ ਨੰਬਰ ਸਾਰਿਆਂ ਨਾਲੋਂ ਜ਼ਿਆਦਾ ਇੱਥੇ ਟਰੈਕਟਰ ਆਉਂਦੇ ਜੀ, ਉਸ ਤੋਂ ਬਾਅਦ ਹਰਿਆਣਾ ਨੰਬਰ ਆਉਂਦੇ ਜੀ। ਅਤੇ ਪਹਿਲਾ ਹੀ ਨੰਬਰ ਹੈਗਾ ਪੰਜਾਬ ਨੰਬਰ ਹੈ ਜੀ ਆਪਣੇ ਸਾਹਮਣੇ। ਜੇ ਤੁਹਾਨੂੰ ਝਾਤੀ ਮਰਵਾਈਏ ਸਾਰੇ ਟਰੈਕਟਰ ਦੀ, ਸਿੰਪਲ ਸਟੀਅਰਿੰਗ ਦੇ ਵਿੱਚ 3 star 15 ਸਪੀਡ ਹੈ, ਮੈਨੂੰ ਲੱਗਦਾ ਹਾਈਲੋ ਮੀਡੀਅਮ ਟਰੈਕਟਰ ਹੈ ਜੀ। ਉੱਤੇ ਡੈੱਕ ਲੱਗਾ, ਨਾਲੇ ਉੱਤੇ ਛਤਰੀ ਲੱਗੀ ਹੋਈ ਹੈ, ਹੈਵੀ ਜਿਹੜਾ ਆਪਣਾ ਕਹਿੰਦੇ ਨੇ ਹੁੱਡ ਆਉਂਦਾ ਜੀ। ਅਤੇ ਜੇ ਟਾਇਰਾਂ ਦੀ ਗੱਲ ਕਰੀਏ, ਅਗਲੇ ਟਾਇਰ ਵੀ ਵੱਡੇ ਪਾਏ ਹੋਏ ਨੇ, ਪੂਰੇ ਹੈਵੀ ਪਾਏ ਹੋਏ ਨੇ ਟਾਇਰ। ਅਤੇ ਜੇ ਮਗਰਲਿਆਂ ਦੀ ਗੱਲ ਕਰੀਏ 16-9-28 ਦੇ ਟਾਇਰ ਹੈ ਜੀ। ਅਤੇ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, ਮਾਡਲ ਹੈਗਾ 2006 ਅਤੇ 3 speed ਟਰੈਕਟਰ ਹੈ ਜੀ। ਹਾਈ ਲੋ ਮੀਡੀਅਮ ਹੈ ਅਤੇ 360 ਡਿਮਾਂਡ ਹੈ ਜੀ। ਹਾਈ ਲੋ ਮੀਡੀਅਮ ਹੈ ਟਰੈਕਟਰ ਜੀ, ਹਾਈ ਲੋ ਮੀਡੀਅਮ ਦੇ ਸਕਦੇ ਤੁਹਾਡੇ ਸਾਹਮਣੇ ਆ। ਅਤੇ ਉਦੋਂ ਅਗਲਾ ਰਾਈਟਰ ਹੈਗਾ ਸਵਰਾਜ 855, ਇਹ ਆ ਗਿਆ ਜੀ FE ਮਾਡਲ ਹੈ। ਉੱਤੇ ਤੁਹਾਡੇ ਸਾਹਮਣੇ ਛਤਰੀ ਲੱਗੀ ਹੋਈ ਆ, U ਲੱਗੀ ਹੈ, ਹੈਵੀ ਐਂਪ ਲੱਗਾ ਹੋਇਆ ਜੀ। ਅਤੇ ਜੇ ਐਂਪ ਦੀ ਗੱਲ ਕਰੀਏ, ਮਿਊਜ਼ਿਕ ਸਿਸਟਮ ਦੀ ਗੱਲ ਕਰੀਏ, ਘੱਟੋ ਘੱਟ 60-65 lakh ਰੁਪਏ ਦਾ ਉੱਤੇ ਲੱਗਾ ਹੋਇਆ ਜੀ। ਅਤੇ ਉਦੋਂ ਪਹਿਲਾਂ ਅਗਲੇ ਬੰਨੇ ਫੋਰ ਵੀਲ ਡਰਾਈਵ ਦੇ ਵਿੱਚ ਹਿੱਸਾ, ਜਿਹੜਾ ਫੋਰ ਵੀਲ ਡਰਾਈਵ ਹੈ ਅਤੇ 3 speed ਟਰੈਕਟਰ ਹੋਏਗਾ। ਮੈਂ ਤੁਹਾਨੂੰ ਉਹੀ ਦੱਸ ਦਿੰਦਾ, 3 speed ਟਰੈਕਟਰ ਹੋਏਗਾ। ਅਤੇ ਦੇਖ ਸਕਦੇ ਅਗਲੇ ਟਾਇਰ ਵੀ ਚੰਗੇ ਪਏ ਨੇ। ਅਤੇ ਜੇ ਹੁਣ ਗੱਲ ਕਰੀਏ ਸਟਾਰਾਂ ਦੀ, 5 star ਟਰੈਕਟਰ ਹੈ, ਰਿਵਰਸ PTO ਦੇ ਨਾਲ ਹੈ। ਅਤੇ ਇਹ ਹੈਗਾ ਜੀ 20 model ਟੌਪ ਮਾਡਲ ਹੈ, 7,77,000 ਰੁਪਇਆ ਡਿਮਾਂਡ ਹੈ, 7,77,000 ਰੁਪਇਆ ਡਿਮਾਂਡ ਹੈ, ਟੌਪ ਮਾਡਲ ਹੈ ਜੀ, ਟੌਪ ਮਾਡਲ ਦੇ ਵਿੱਚ ਹੈ, ਰਿਵਰਸ PTO ਦੇ ਨਾਲ ਹੈ ਜੀ। ਅਤੇ ਅਗਲੇ ਬੰਨੇ ਹੁਣ ਆਪਾਂ ਤੁਹਾਨੂੰ ਇੱਧਰ ਸੋਨਾਲੀਕਾ ਦਿਖਾਉਂਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਲਾਈਨ 1 ਸ਼ੁਰੂ ਕਰ ਲਾਂਗੇ। ਇੱਧਰ ਵੀ ਵਾਹਵਾ ਖੜ੍ਹੇ ਨੇ ਰਾਈਟਰ, ਅੱਜ ਮੰਡੀ ਪੂਰੀ ਭਰੀ ਹੋਈ ਆ। ਸੋਨਾਲੀਕਾ DI-60 RX ਦੀ ਜੇ ਗੱਲ ਕਰੀਏ, CM ਸੀਰੀਜ਼ ਦੇ ਵਿੱਚ ਲਾਂਚ ਹੈ ਟਰੈਕਟਰ, ਠੀਕ ਹੈ ਜੀ। ਪਾਵਰ ਸਟੀਅਰਿੰਗ ਦੇ ਨਾਲ ਆਉਂਦਾ, ਓਇਲ ਬ੍ਰੇਕਾਂ ਨੇ, ਡਬਲ ਡਿਸਟ੍ਰੀਬਿਊਟਰ ਹੈ। ਅਤੇ ਇਸ ਤੋਂ ਇਲਾਵਾ HDM ਹੈ, ਸਿਕੰਦਰ ਕੈਟਾਗਰੀ, ਅਤੇ 230 Nm, 230 Nm ਦਾ NM ਦਾ ਮਤਲਬ ਹੁੰਦਾ ਜੀ ਨਿਊਟਰਲ ਮੀਟਰ ਟੋਰਕ, ਠੀਕ ਹੈ ਜੀ। 60 HP ਦਾ ਟਰੈਕਟਰ ਹੈ, ਅਤੇ
ਪਾਵਰ ਸਟੇਅਰਿੰਗ ਹੈ ਜੀ ਓਰੀਜਨਲ, ਜਮਾਂ ਜਮਾਂ ਨਵਾਂ ਟਰੈਕਟਰ ਜੇ ਗੱਲ ਕਰੀਏ ਨਾ ਨਵੇਂ ਟਰੈਕਟਰ ਦੀ ਉਹ ਗੱਲ ਹੈ, ਨਵਾਂ ਟਰੈਕਟਰ ਆਇਆ ਹੋਇਆ ਅਤੇ ਟਾਇਰਾਂ ਦੀ ਜੇ ਗੱਲ ਕਰੀਏ ਵੇਟ ਲੱਗੇ ਹੋਏ ਨੇ ਮਗਰ, ਅਤੇ ਟਾਇਰਾਂ ਦੇ ਸਾਈਜ਼ ਦੀ ਗੱਲ ਕਰੀਏ 16 9 28 ਦੇ ਟਾਇਰ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਇੱਕ ਵਾਰੀ ਲਾਈਕ ਕਰ ਦਿਓ, ਤੁਹਾਨੂੰ ਜਮਾਂ ਸਾਰੇ ਟਰੈਕਟਰ ਦਿਖਾਉਣੇ ਨੇ ਅੱਜ। ਅਤੇ ਜੇ ਗੱਲ ਕਰੀਏ ਅਗਲੇ ਬੰਨੇ ਡਿਮਾਂਡ ਹੈਗੀ ਇਹਦੀ, ਪੰਜਾਬ ਨੰਬਰ ਹੈ ਅਤੇ 20 ਮਾਡਲ ਟੋਪ ਮਾਡਲ ਦੇ ਵਿੱਚ ਟਰੈਕਟਰ ਹੈ, ਡਬਲ ਕਲੱਚ, 6,55,000 ਰੁਪਇਆ ਡਿਮਾਂਡ, ਪਾਵਰ ਸਟੇਅਰਿੰਗ ਟਰੈਕਟਰ ਹੈ। ਇਸ ਤੋਂ ਇਲਾਵਾ ਹਜੇ ਤੱਕ ਕਵਰ ਨਹੀਂ ਲੱਥੇ ਗਏ ਜਿਹੜੇ ਉਤਲੇ ਬੰਨੇ ਹੁੰਦੇ ਨੇ ਟੋਪ 'ਤੇ। ਉਦੋਂ ਗਾਂ ਹੈਗਾ 50-50E ਜੌਂਡੀਅਰ, ਜੌਂਡੀਅਰ ਦੀ ਗੱਲ ਕਰੀਏ ਪੰਜਾਬ ਨੰਬਰ ਹੈ। ਅਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ, ਸਪੀਡ ਦੀ ਗੱਲ ਕਰੀਏ, 3 ਸਪੀਡਾਂ ਦੇ ਵਿੱਚ ਆਉਂਦਾ, ਹਾਈ ਲੋ ਮੀਡੀਅਮ ਆਉਂਦਾ, ਉਸ ਤੋਂ ਬਾਅਦ ਮਾਡਲ 14 ਹੈ ਜੀ, 14 ਮਾਡਲ, 35 ਸਪੀਡਾਂ ਨੇ ਜਿਹੜੀਆਂ ਟਰੈਕਟਰ ਦੀਆਂ ਨੇ। ਅਤੇ ਜੇ ਡਿਮਾਂਡ ਦੀ ਗੱਲ ਕਰੀਏ 5,45,000 ਰੁਪਇਆ ਡਿਮਾਂਡ ਹੈ। ਅਤੇ ਇਸ ਤੋਂ ਇਲਾਵਾ ਆਪਾਂ ਨੂੰ ਕਮੈਂਟ ਆਉਣੇ ਸ਼ੁਰੂ ਹੋ ਗਏ, ਟਰੈਕਟਰ ਸਟੈਂਡਰਡ ਟਰੈਕਟਰ ਦਾ 460 ਬਈ ਵਿਖਾਵਾਂਗੇ, ਆਸ਼ਾਂ ਦੇ ਉੱਤੇ ਵੀ ਵਿਖਾਵਾਂਗੇ, ਆਈਸ਼ਰ 244 ਠੀਕ ਹੈ ਜੀ। ਅਤੇ ਫੈਂਡਰ ਲੱਗੇ ਹੁੰਦੇ ਨੇ, ਫੈਂਡਰ ਕਹਿ ਰਿਹਾ, ਹਿੱਟਗਾਰਡ ਲੱਗੇ ਹੁੰਦੇ ਨੇ। ਅਗਲੇ ਬੰਨੇ ਨਿਊ ਹੋਲੈਂਡ 36-30 ਦੀ ਜੇ ਗੱਲ ਕਰੀਏ, TX ਮਾਡਲ ਸੁਪਰ ਦੇ ਵਿੱਚ ਉਤਲੇ ਬੰਨੇ ਛਤਰੀ ਲੱਗੀ, ਯੂ ਲੱਗੀ ਹੈ ਜੀ। ਅਤੇ ਇਸ ਤੋਂ ਇਲਾਵਾ ਪੰਜਾਬ ਨੰਬਰ ਹੈ, 19 ਮਾਡਲ ਹੈ, 6,65,000 ਰੁਪਇਆ ਡਿਮਾਂਡ ਹੈ। ਅਤੇ ਸਾਰ ਨਾਲੋਂ ਪੰਜਾਬ ਦੀ ਵੱਡੀ ਮੰਡੀ ਦੇ ਵਿੱਚ ਅੱਜ ਖੜ੍ਹੇ ਹੋਏ ਹਾਂ, ਅਤੇ ਇਹ ਪੰਜਾਬ ਦੀ ਸਾਰ ਨਾਲੋਂ ਵੱਡੀ ਮੰਡੀ ਆ। ਮਹਿੰਦਰਾ 555 DI ਪਾਵਰ ਪਲੱਸ ਦੀ ਜੇ ਗੱਲ ਕਰੀਏ ਨਾ, ਅਤੇ ਇਹ ਮਾਡਲ ਮੈਂ ਘੱਟ ਵੇਖਿਆ, ਆਪਾਂ ਫਤਿਹਾਬਾਦ ਮੰਡੀ ਜਾਂਦੇ ਰਹਿੰਦੇ ਹਾਂ, 17 ਮਾਡਲ ਹੈ ਜੀ। ਅਤੇ ਜੇ ਰੰਗ ਰੋਗਨ ਦੀ ਗੱਲ ਕਰੀਏ ਸਾਰਾ ਓਰੀਜਨਲ ਹੈ। ਅਤੇ ਉਸ ਤੋਂ ਇਲਾਵਾ 5,10,000 ਰੁਪਇਆ ਡਿਮਾਂਡ ਹੈ। ਜੇ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਦੀ, ਟਾਇਰ ਜਮ੍ਹਾਂ ਸਾਫ਼ ਨੇ, 265 ਵੀ ਦਿਖਾਵਾਂਗੇ ਬਾਈ, ਸਾਰੇ ਟਰੈਕਟਰ ਦਿਖਾ ਕੇ ਜਾਣੇ ਅੱਜ ਆਪਾਂ ਮੰਡੀ 'ਚ, ਕਾਫ਼ੀ ਲੰਮਾ ਲਾਈਵ ਕਰਨਾ, ਸ਼ੇਅਰ ਕਰੀ ਚੱਲੋ ਵੀਡੀਓ ਨੂੰ ਅਤੇ ਲਾਈਕ ਕਰੀ ਚੱਲੋ, ਕਿਉਂਕਿ ਲਾਈਕ ਨਾਲ ਹੌਂਸਲਾ ਵੱਧ ਜਾਂਦਾ ਵੀ ਹਾਂ ਇੰਨੇ ਜਾਣੇ ਜੁੜੇ ਹੋਏ ਨੇ। ਅਤੇ ਲਾਈਵ ਦੇ ਵਿੱਚ ਆਹ ਤੁਹਾਨੂੰ ਲੈਣ 4 ਟਰੈਕਟਰ ਦਿਖਾ ਤੇ, ਹੁਣ ਆਪਾਂ 59-11 ਤੋਂ ਸ਼ੁਰੂ ਕਰਨਾ, ਨਾਲੇ ਇੱਧਰ 275-75 ਸਾਰੇ ਖੜ੍ਹੇ ਨੇ, 265 ਹੈ ਨਾ, ਸਾਰੇ ਦਿਖਾਈ ਚੱਲਣੇ ਆ ਅੱਜ ਆਪਾਂ ਸਾਰੇ ਦਿਖਾ ਕੇ ਜਾਣੇ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ ਸਾਰੇ ਲੋਕਾਂ ਤੱਕ। ਅਤੇ 65 BI ਆ ਗਿਆ ਸਾਹਮਣੇ, HMT ਦਾ 65 BI। ਅਤੇ ਜੇ ਗੱਲ ਕਰੀਏ ਮਗਰ ਵੇਟ ਨੇ, ਅਤੇ ਟਾਇਰ ਨਵੇਂ ਨੇ, ਅਤੇ ਅਗਲੇ ਬੰਨੇ ਮਗਰਾਟ ਵੀ ਲੱਗੇ ਹੋਏ ਜੀ, ਘੋੜੇ ਵਾਲਾ ਬੈਂਪਰ ਲੱਗਾ ਅਗਲੇ ਬੰਨੇ, ਠੀਕ ਹੈ, ਘੋੜੇ ਵਾਲਾ ਬੈਂਪਰ ਲੱਗਾ। ਜੇ ਗੱਲ ਕਰੀਏ ਮਾਡਲ ਦੀ, 4 ਮਾਡਲ ਹੈ ਅਤੇ 4,35,000 ਰੁਪਏ ਡਿਮਾਂਡ ਆ, ਸਿੰਪਲ ਸਟੇਅਰਿੰਗ ਹੈ ਜੀ, ਸਟੇਅਰਿੰਗ ਹੈਗਾ ਸਿੰਪਲ। ਇਸ ਤੋਂ ਇਲਾਵਾ ਉਤਲੇ ਬੰਨੇ ਜੇ ਗੱਲ ਕਰੀਏ, ਛੋਟਾ ਜਿਹਾ ਮੰਨ ਕੇ ਚਲੋ ਡੈੱਕ ਲੱਗਾ ਹੋਇਆ, ਠੀਕ ਹੈ ਜੀ, ਅਤੇ ਦੇਖ ਸਕਦੇ ਜਮ੍ਹਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਖੜ੍ਹਾ, ਜਮ੍ਹਾਂ ਸਾਫ਼ ਤਾ। ਅਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੀ ਚੱਲਿਆ ਜੇ, ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਵੀਡੀਓ ਪਹੁੰਚਣੀ ਚਾਹੀਦੀ। ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਲਾਈਵ ਆ। ਅਗਲੇ ਬੰਨੇ ਮਹਿੰਦਰਾ 265 DI, 200 ਟਰਾਲੇ ਵੀ ਹੈਗੇ ਜੀ, 36-30 ਵੀ ਵਿਖਾਵਾਂਗੇ, ਅਤੇ 265 ਵੀ ਦਿਖਾਉਣਾ, 241 ਵੀ ਦਿਖਾਉਣਾ। 265 DI ਦੀ ਗੱਲ ਕਰੀਏ ਮਹਿੰਦਰਾ ਦੀ, ਇਹ ਹੈਗਾ ਜੀ 97 ਮਾਡਲ ਹੈ, 1,55,000 ਰੁਪਇਆ ਡਿਮਾਂਡ ਹੈ, 1,55,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਟਾਇਰ ਜਮ੍ਹਾਂ ਚਾਰੇ ਨਵੇਂ ਨੇ, ਨਵੇਂ ਟਾਇਰ ਹੈ ਜੀ, ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ, ਸਿੰਪਲ ਸਟੇਅਰਿੰਗ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ। ਅਤੇ ਅਗਲੇ ਬੰਨੇ ਫੋਰਡ 3600 ਦੇ ਕਾਫ਼ੀ ਕਮੈਂਟ ਆਉਂਦੇ ਆ ਜੀ, ਅਤੇ ਸਿੰਪਲ ਸਟੇਅਰਿੰਗ ਦੇ ਵਿੱਚ ਹੈ, ਅਤੇ ਕੰਡੀਸ਼ਨ ਹੈ ਜਿਹੜੀ ਆਲ ਓਰੀਜਨਲ ਪਿਆ, ਇਹ ਹੈਗਾ ਜੀ 90 ਮਾਡਲ ਹੈ, 1,35,000 ਰੁਪਇਆ ADI ਕੀਤਾ ਹੋਇਆ ਜੀ, ਠੀਕ ਹੈ ਜੀ, ADI ਕੀਤਾ ਹੋਇਆ, 1,90,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਆ, ਵੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਖੜ੍ਹੇ ਹਾਂ ਅੱਜ,
ਲਾਈਵ ਚੱਲੀ ਜਾਂਦੇ ਹਾਂ ਅਤੇ ਦੇਖ। ਹਾਂਜੀ ਆਪਦਾ, ਅੱਛਾ ਫਸਟ ਓਨਰ ਹੀ ਆ, ਫਸਟ ਓਨਰ ਹੈ। ਜੇ ਕਿਸੇ ਵੀਰ ਭਰਾ ਨੇ ਲੈਣਾ, ਆ ਸਾਹਮਣੇ ਪਹਿਲੀ ਮੰਡੀ ਆ, ਸ਼ਕਤੀਮਾਨ ਦੇ ਓਪੋਜਿਟ ਸਾਈਡ ਲੱਗਦੀ ਆ। ਅਤੇ ਅੱਛਾ ਤਲਵੰਡੀ ਸਾਬੋ ਦੀ ਹੈ ਮੇਨ, ਠੀਕ ਹੈ ਜੀ। ਮਹਿੰਦਰਾ 265 DI, ਜੇ ਮਹਿੰਦਰਾ ਦੀ ਗੱਲ ਕਰੀਏ ਤਾਂ ਉਤਲੇ ਬੰਨੇ ਯੂ ਲੱਗਾ ਹੋਇਆ, ਜਿਹੜੀ ਨਵੇਂ ਮਾਡਲ ਹੈ, 1,65,000 ਰੁਪਇਆ ਡਿਮਾਂਡ ਹੈ। ਅਤੇ ਅੱਛਾ ਟਰਾਲਾ ਆਪਣੇ ਕੋਲ ਵੀਰੇ, ਹਾਂਜੀ ਦੱਸੋ, ਨੰਬਰ ਵੀਰ ਨੇ ਪਾਤਾ, ਜੇ ਕਿਸੇ ਵੀਰ ਨੇ ਟਰਾਲਾ ਲੈਣਾ ਥੱਲੇ ਨੰਬਰ ਚੱਲੀ ਜਾਂਦਾ ਬਠਿੰਡੇ ਵਾਲੇ ਦਾ, ਉਹਦੇ ਕੋਲ ਟਰਾਲਾ ਹੈ। ਕਿੰਨੇ ਦਾ ਦੇਣਾ ਬਈ, ਅਤੇ ਕਿੰਨਾ ਉਹ ਚੌੜਾ ਹੈ, ਅਤੇ ਕਿੰਨਾ ਉਹ ਹੈਵੀ, ਇਹ ਵੀ ਦੱਸ ਦੇ। ਅਤੇ ਇਸ ਤੋਂ ਇਲਾਵਾ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਆਪਾਂ ਖੜ੍ਹੇ ਹਾਂ ਲਾਈਵ। ਅਤੇ ਸੋਨਾਲੀਕਾ 750, ਸੋਨਾਲੀਕਾ 750 ਵਾਲੇ ਦੀ ਗੱਲ ਕਰੀਏ, ਇਹ ਹੈਗਾ ਪੰਜਾਬ ਨੰਬਰ ਹੈ, 7 ਮਾਡਲ ਹੈ, 2,90,000 ਰੁਪਇਆ ਡਿਮਾਂਡ ਹੈ। ਸਿੰਪਲ ਸਟੀਅਰਿੰਗ ਦੇ ਵਿੱਚ ਹੈ ਜੀ, ਅਤੇ ਡਬਲ ਕਲੱਚ ਹੈ, ਸਾਈਡ ਗੇਅਰ ਹੈ ਜੀ, ਦੇਖ ਸਕਦੇ। ਕੰਡੀਸ਼ਨ ਪੂਰਾ ਸਾਫ਼ ਦਾ ਪਿਆ, ਦੇਖੋ ਜੀ, ਪੂਰਾ ਸਾਫ਼ ਕੰਡੀਸ਼ਨ ਦਾ ਪਿਆ। ਅਗਲੇ ਬੰਨੇ ਪਾਵਰ ਟਰੈਕ, ਪਾਵਰ ਟਰੈਕ ਦੀ ਜੇ ਗੱਲ ਕਰੀਏ, ਇਹ ਹੈਗਾ 445, 445 ਆ, ਹਰਿਆਣਾ ਨੰਬਰ ਹੈ। ਅਤੇ ਮਾਡਲ ਦੀ ਜੇ ਗੱਲ ਕਰੀਏ 6 ਆ, 1,55,000 ਰੁਪਇਆ ਡਿਮਾਂਡ ਹੈ, ਸਿੰਪਲ ਸਟੀਅਰਿੰਗ ਦੇ ਵਿੱਚ ਆ। ਅਤੇ ਇੱਧਰ ਵੀ ਟਰੈਕਟਰ ਪੂਰੇ ਖੜ੍ਹੇ 855 ਤੋਂ, ਆਪਣੀ ਜਿਹੜੀ ਇੱਧਰ ਲਾਈਨ ਆ ਉਹ ਸ਼ੁਰੂ ਕਰ ਦਿੰਦੇ ਹਾਂ। 855 ਖੜ੍ਹਾ ਸਾਹਮਣੇ, 4-star ਰਿਵਰਸ PTO, ਡਬਲ ਡਿਸਟ੍ਰੀਬਿਊਟਰ ਪਲੱਸ ਓਇਲ ਬ੍ਰੇਕ ਦੇ ਨਾਲ ਹੈ ਜੀ, ਪਾਵਰ ਸਟੀਅਰਿੰਗ ਹੈ। ਅਤੇ ਜੇ ਮਾਡਲ ਦੀ ਗੱਲ ਕਰੀਏ 13 ਹੈ, 4,30,000 ਰੁਪਇਆ ਡਿਮਾਂਡ ਹੈ, 4,30,000 ਰੁਪਇਆ ਡਿਮਾਂਡ ਹੈ, ਦੇ ਸਕਦੇ ਜੇ। ਅਤੇ ਅੱਛਾ ਬਈ, ਜਿਹੜਾ ਟਰਾਲਾ ਹੈ ਉਹ ਹੈਗਾ 11,650 ਫੁੱਲ ਹੈਵੀ ਨਿਊ ਟਰਾਲਾ, 1,85,000 ਰੁਪਇਆ ਡਿਮਾਂਡ ਹੈ। ਥੱਲੇ ਬਾਈ ਦਾ ਨੰਬਰ ਚੱਲੀ ਜਾਂਦਾ ਬਠਿੰਡੇ ਵਾਲੇ ਦਾ, ਜੇ ਕਿਸੇ ਵੀਰ ਨੇ ਲੈਣਾ। 65 ਕਿੰਨੇ ਦਾ ਵੀਰੇ? 65 ਮੈਂ ਵਿਖਾ ਚੁੱਕਿਆ, ਹਜੇ ਹੋਰ ਵੀ ਵਿਖਾਵਾਂਗਾ। ਨਿਊ ਹੋਲੈਂਡ 3600, ਨਿਊ ਹੋਲੈਂਡ 3600। ਅਤੇ ਜੇ ਗੱਲ ਕਰੀਏ ਸਿੰਪਲ ਸਟੀਅਰਿੰਗ ਦੇ ਵਿੱਚ ਹੈ, ਅਤੇ 3 ਸਪੀਡ ਆ, ਹਾਈ ਲੋ ਮੀਡੀਅਮ ਹੈ, 9 ਮਾਡਲ ਹੈ, 3,40,000 ਰੁਪਇਆ ਡਿਮਾਂਡ ਹੈ। ਅਤੇ ਦੇਖ ਸਕਦੇ ਜੀ, ਜਿਹੜੀ ਟਾਇਰ ਬੇਦਾਗ ਪੱਕੇ ਟਾਇਰ ਹੈ ਜੀ। ਇੱਧਰਲੀ ਸਾਈਡ ਜੇ ਗੱਲ ਕਰੀਏ, ਫਾਰਮ ਟਰੈਕ 60, ਰਿਵਰਸ PTO, ਸਿੰਪਲ ਸਟੀਅਰਿੰਗ। ਅਤੇ ਜਿਹੜੇ ਕਲਾਸਿਕ ਵਾਲੇ ਆ ਉਹ ਲੱਗੇ ਹੋਏ ਮਗਰਾੜ, ਅਤੇ ਯੂ ਲੱਗੀ ਹੋਈ ਹੈ ਉਤਲੇ ਬੰਨੇ। ਅਤੇ ਪੰਜਾਬ ਨੰਬਰ ਹੈ ਜੀ, 3 ਸਪੀਡ ਟਰੈਕਟਰ ਆ, ਹਾਈ ਲੋ ਮੀਡੀਅਮ, 8 ਮਾਡਲ ਹੈ, 2,95,000 ਰੁਪਇਆ ਡਿਮਾਂਡ ਹੈ। 3 ਸਪੀਡ ਟਰੈਕਟਰ ਹੈ ਜੀ, ਹਾਈ ਲੋ ਮੀਡੀਅਮ, ਹਾਈ ਲੋ ਮੀਡੀਅਮ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਅਤੇ ਫਾਰਮ ਟਰੈਕ 60 ਵਾਲਾ ਜੀ, ਦੇਖ ਸਕਦੇ, ਲਾਈ PTO, ਸਿੰਪਲ ਸਟੀਅਰਿੰਗ ਦੇ ਵਿੱਚ ਹੈ ਜੀ। ਇਸ ਤੋਂ ਬਾਅਦ ਫਾਰਮ ਟਰੈਕ ਸੁਪਰ ਮੈਕਸ ਆ ਗਿਆ ਜੀ, ਮਲਟੀ ਸਪੀਡ ਰਿਵਰਸ PTO ਦੇ ਨਾਲ, ਪੰਜਾਬ ਨੰਬਰ ਹੈ, 12 ਮਾਡਲ ਹੈ ਜੀ, 3,85,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਪਾਵਰ ਸਟੀਅਰਿੰਗ ਟਰੈਕਟਰ ਹੈ ਜੀ। ਅਤੇ ਜੇ ਗੱਲ ਕਰੀਏ ਟਾਇਰਾਂ ਦੀ, ਬੇਦਾਗ ਪੱਕੇ ਟਾਇਰ ਹੈ ਜੀ, ਅਤੇ ਇਹ ਹੈਗਾ 13,626 ਦੇ, 13,626 ਦੇ ਟਾਇਰ ਹੈ ਜੀ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ। ਅਤੇ ਓਇਲ ਇੰਪ੍ਰੈਸਡ ਬ੍ਰੇਕ, ਹਾਈ ਕੈਪੈਸਿਟੀ ਲਿਫਟ, ਪਾਵਰ ਸਟੀਅਰਿੰਗ ਤੁਹਾਨੂੰ ਦੱਸਤਾ ਜੀ। ਅਗਲੇ ਬੰਨੇ ਸੋਨਾਲੀਕਾ 745, ਉਹ ਸਾਹਮਣੇ ਵੀਰੇ, ਉਹ ਸਾਹਮਣੇ 855 ਤੋਂ ਅਗਲੇ ਬੰਨੇ। ਅਤੇ ਇੱਧਰਲੀ ਸਾਈਡ ਹੈਗਾ ਜੀ, ਸਿੰਪਲ ਸਟੀਅਰਿੰਗ ਹੈ ਟਰੈਕਟਰ, ਜੇ ਗੱਲ ਕਰੀਏ 745 ਸੋਨਾਲੀਕਾ। ਅਤੇ ਅਗਲੀ ਸਾਈਡ ਇਹਦਾ ਰੇਟ ਦੀ ਗੱਲ ਕਰੀਏ, ਮਾਡਲ ਦੀ ਗੱਲ ਕਰੀਏ, ਮਾਡਲ ਹੈਗਾ 2002, 1,60,000 ਰੁਪਇਆ ਡਿਮਾਂਡ ਹੈ, 1,60,000 ਰੁਪਇਆ ਡਿਮਾਂਡ ਹੈ। ਅਤੇ ਲਾਈਕ ਕਰ ਦਿਓ ਵੀਡੀਓ ਨੂੰ ਸਾਰੇ ਜਣੇ ਇੱਕ ਵਾਰੀ। ਫਿਰ ਆਪਾਂ 65 ਆ ਗਿਆ ਟਰਾਲਾ, ਕੋਈ ਪਿੱਕ ਵਗੈਰਾ ਸੈਂਡ ਕਰੋ। ਅੱਛਾ ਬਈ, ਉਹ ਥੱਲੇ ਨੰਬਰ ਦੇ ਰਹੇ ਆ ਆਪਦਾ, ਤੁਸੀਂ ਉਹਨਾਂ 'ਤੇ ਫੋਨ ਕਰ ਸਕਦੇ ਜੀ ਟਰਾਲਾ ਲੈਣਾ ਤਾਂ। ਫਾਰਮ ਟਰੈਕ ਸ਼ੌਂਕੀ ਪੁੱਤ ਸਰਦਾਰਾਂ ਦੇ, ਠੀਕ ਹੈ ਜੀ। ਅਗਲੇ ਬੰਨੇ ਫਾਰਮ ਟਰੈਕ 60 ਆ ਗਿਆ। ਅਤੇ ਜੇ ਗੱਲ ਕਰੀਏ ਫਾਰਮ ਟਰੈਕ 60 ਦੀ, ਹਰਿਆਣਾ ਨੰਬਰ ਹੈ, ਅਤੇ 98 ਮਾਡਲ ਹੈ, 1,75,000 ਰੁਪਇਆ ਡਿਮਾਂਡ ਹੈ। ਅਤੇ ਇਸ ਤੋਂ ਇਲਾਵਾ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਪਿਆ ਜੀ, ਸਾਫ਼ ਦਾ।
ਅਗਲੇ ਬੰਨੇ ਸੋਨਾਲੀਕਾ 35 ਡਬਲ ਕਲੱਚ ਹੈ ਜੀ। ਅਤੇ ਸੋਨਾਲੀਕਾ 35 ਦੀ ਗੱਲ ਕਰੀਏ 16 ਮਾਡਲ ਹੈ, 3 ਲੱਖ, ਹਾਂਜੀ ਰਿਵਰਸ ਪੀ ਟੀ ਓ ਹੈ, ਅਤੇ 3,65,000 ਰੁਪਇਆ ਡਿਮਾਂਡ ਹੈ। ਅਤੇ ਬਈ ਜੇ ਨੰਬਰ ਦਿਓਗੇ? ਹਾਂਜੀ ਦੱਸੋ ਜੀ। ਆ ਬਈ ਸੋਨਾਲੀਕਾ ਜੇ ਕਿਸੇ ਨੇ ਲੈਣਾ, ਡਬਲ ਕਲੱਚ ਹੈ, ਰਿਵਰਸ ਪੀ ਟੀ ਓ ਹੈ, ਬਈ ਤੁਹਾਡੇ ਫਸਟ ਓਨਰ ਹੀ ਹੈ ਅਤੇ ਪਾਵਰ ਸਟੇਅਰਿੰਗ ਹੈ ਜੀ, ਹਾਂਜੀ ਦੂਜੇ ਓਨਰ ਹੈ। ਅਤੇ ਜੇ ਕਿਸੇ ਵੀਰ ਨੇ ਲੈਣਾ ਤਾਂ ਫੋਨ ਕਰ ਸਕਦੇ, ਨੰਬਰ ਆਪਾਂ ਬੋਲ ਦਿੰਦੇ ਹਾਂ ਹੁਣੇ। ਅਤੇ ਇਸ ਤੋਂ ਇਲਾਵਾ ਵੀਡੀਓ ਨੂੰ ਸ਼ੇਅਰ ਕਰਦਾ ਜੇ, ਲਾਈਕ ਕਰਦਾ ਜੇ। ਨੰਬਰ ਕਿੱਥੋਂ ਦਾ ਜੀ ਇਹਦਾ? ਐਚ ਆਰ ਹਰਿਆਣਾ ਨੰਬਰ, ਜੇ ਚੇਂਜ ਹੋ ਜਾਏਗਾ ਜੇ ਕਿਸੇ ਨੇ ਕਰਾਉਣਾ ਤਾਂ। ਅਤੇ ਹਰਿਆਣਾ ਨੰਬਰ ਹੈ ਵੈਸੇ ਕਿੰਨਾ ਜੀ? 85,450 ਨੰਬਰ, 94,657 ਜੀ, 94,657, 45,560, 45,560। ਜੇ ਕਿਸੇ ਡਬਲ ਕਲੱਚ ਹੈ, ਜੇ ਕਿਸੇ ਵੀਰ ਨੇ ਲੈਣਾ, ਰਿਵਰਸ ਪੀ ਟੀ ਓ ਹੈ, ਆਹ ਟਰੈਕਟਰ ਜੇ ਕਿਸੇ ਨੇ ਲੈਣਾ, ਮੈਂ ਹੁਣੇ ਜਿਹੜਾ ਨੰਬਰ ਬੋਲਿਆ ਉਹਦੇ 'ਤੇ ਕਾਲ ਕਰ ਸਕਦੇ ਜੀ। ਨਾਲ ਦੇ ਟਾਇਰ ਨੇ। ਅਤੇ ਅਗਲੇ ਬੰਨੇ ਪਾਵਰ ਟਰੈਕ 445 ਡੀਜ਼ਲ ਸੇਵਰ। ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਮਾਡਲ ਅਤੇ ਰੇਟ ਦੀ, 9 ਮਾਡਲ ਹੈ ਅਤੇ 2,55,000 ਰੁਪਇਆ ਡਿਮਾਂਡ ਹੈ। ਸਿੰਪਲ ਸਟੇਅਰਿੰਗ ਹੈ, ਡੀਜ਼ਲ ਸੇਵਰ ਹੈ ਜੀ, ਡੀਜ਼ਲ ਸੇਵਰ ਟਰੈਕਟਰ ਹੈ। ਆਲੂ ਉਲੂ ਪੱਟਣ ਨੂੰ ਬੜੇ ਕੰਮ ਆਉਂਦੇ ਜੀ, ਸਾਰਿਆਂ ਨਾਲੋਂ ਜ਼ਿਆਦਾ ਟਰੈਕਟਰ ਇਹ ਚੱਲਦਾ ਆਲੂ ਪੱਟਣ ਵੇਲੇ। ਅਤੇ ਟਰਾਲੇ ਆ, ਵੇਖੋ ਟਰਾਲੇ ਖੜ੍ਹੇ, ਪਰ ਆਪਾਂ ਮੰਡੀ ਘੁੰਮਦੇ ਹਾਂ, ਨਾਲੇ ਤੁਹਾਨੂੰ ਸਾਰੀ ਚੀਜ਼ ਦਿਖਾਉਣੀ ਅੱਜ ਮੰਡੀ ਦੇ ਵਿੱਚ। ਵੀਡੀਓ ਨੂੰ ਸ਼ੇਅਰ ਕਰਦਿਆ ਜੇ। ਇਹ ਹੈਗਾ ਜੀ ਟਰਾਲਾ, ਡਬਲ ਟਾਇਰਾ ਟਰਾਲਾ। ਜੇ ਗੱਲ ਕਰੀਏ ਚਾਸੀ ਵਗੈਰਾ, ਪੁੱਲ ਫੁੱਲ ਹੈਵੀ ਆ, ਅਤੇ 2,35,000 ਰੁਪਇਆ ਡਿਮਾਂਡ ਹੈ। ਮਾਡਲ ਹੈਗਾ 2023। ਇਸ ਤੋਂ ਇਲਾਵਾ ਡਬਲ ਟਾਇਰਾ ਹਿੱਸਾ, ਡਬਲ ਟਾਇਰ ਨੇ ਲੱਗੇ ਹੋਏ ਟਰਾਲੇ 'ਤੇ। ਅਤੇ ਇਹ ਬਣਿਆ ਜੀ ਸੁੱਖੇ ਦਾ ਬਣਿਆ, ਸੁਖਦੇਵ ਸਿੰਘ ਸੁੱਖਾ, ਇਹ ਇੱਧਰ ਪਿੰਡ ਦਾ ਨਾਮ ਥੋੜ੍ਹਾ ਧਾਰ ਆ। ਅਗਲੇ ਬੰਨੇ 1,20,000 'ਚ ਆਹ ਵਾਲੀ ਟਰਾਲੀ ਹੈ, ਗਾਡਰ ਹੈਵੀ ਵਾਲੇ ਗਾਡਰ ਲੱਗੇ ਨੇ। ਅਤੇ ਦੇਖ ਸਕਦੇ ਆ ਇਕੱਲੀ ਜਿਵੇਂ ਇੱਟਾਂ ਨੂੰ ਲੱਦਣ ਵਾਸਤੇ ਆ, ਥੱਲੇ ਡਬਲ ਟਾਇਰ ਹੈ। ਅਤੇ ਅਗਲੇ ਬੰਨੇ ਹੁਣ ਆਪਾਂ ਜਿਹੜੇ ਗੱਲ ਕਹਿੰਦੇ ਸੀ ਆਇਸ਼ਰ, ਆਇਸ਼ਰ ਆ ਸਾਰੇ ਆਇਸ਼ਰ ਦਿਖਾਉਣੇ, ਨਾਲੇ ਨੰਬਰ ਵੀ ਨੇ ਆਪਣੇ ਕੋਲ, ਨੰਬਰ ਵੀ ਨੇ। ਇਸ ਤੋਂ ਇਲਾਵਾ ਸਵਰਾਜ 855, 855 ਦੀ ਜੇ ਗੱਲ ਕਰੀਏ 5-star ਦੇ ਨਾਲ ਟਰੈਕਟਰ ਖੜ੍ਹਾ, ਅਤੇ ਰਿਵਰਸ ਪੀ ਟੀ ਓ ਹੈ, ਪਾਵਰ ਸਟੇਅਰਿੰਗ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ। ਅਤੇ ਜੇ ਗੁਡੀਅਰ ਦੇ ਟਾਇਰ ਨੇ ਅਤੇ ਇਹਦੀ ਡਿਮਾਂਡ ਤੁਹਾਨੂੰ ਦੱਸਦੇ ਆ ਰਿਵਰਸ ਪੀ ਟੀ ਓ ਦੀ। ਅਗਲੇ ਬੰਨੇ 50 ਨੰਬਰ ਹੈ ਜੀ, ਫਰੰਟ 'ਤੇ ਵੇਖੋ 50 ਨੰਬਰ ਹੈ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ। 19 ਮਾਡਲ ਹੈ, 5,90,000 ਰੁਪਇਆ ਡਿਮਾਂਡ ਹੈ, 5,90,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ, ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਆ, ਕਿਉਂਕਿ ਤਲਵੰਡੀ ਸਾਬੋ ਟਰੈਕਟਰ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ ਹੈ ਜੀ। ਅਤੇ ਅਗਲੇ ਬੰਨੇ ਸਵਰਾਜ 855, ਪੁਰਾਣਾ ਮਾਡਲ ਹੈ, ਜਿਹੜਾ ਟਮਾਟਰੀ ਕਲਰ 'ਚ ਸਾਰਿਆਂ ਨਾਲੋਂ ਪਹਿਲਾਂ ਆਉਂਦਾ ਸੀ, ਚਿੱਟਾ ਅਤੇ ਟਮਾਟਰੀ ਕਲਰ। ਅਤੇ 50 ਨੰਬਰ ਹੈ ਜੀ ਇਹ ਵੀ, 91 ਮਾਡਲ ਹੈ, ਅਤੇ 1,59,000 ਰੁਪਇਆ ਡਿਮਾਂਡ ਹੈ, 1,59,000 ਰੁਪਇਆ ਡਿਮਾਂਡ ਹੈ। ਅਤੇ ਸਿੰਪਲ ਸਟੇਅਰਿੰਗ ਦੇ ਨਾਲ ਹੈ। ਅਤੇ ਅਗਲੇ ਬੰਨੇ ਜਿਹੜੇ ਮਗਰਾਟ ਆ ਉਹ ਲੱਗੇ ਹੋਏ ਨੇ, ਮਗਰਾਟ ਲੱਗੇ ਹੋਏ ਨੇ ਜੀ। ਅਤੇ ਜੇ ਗੱਲ ਕਰੀਏ ਆਪਾਂ ਕੰਡੀਸ਼ਨ ਦੀ, ਬਿਲਕੁਲ ਸਾਫ਼ ਕੰਡੀਸ਼ਨ ਦਾ ਦੇ ਸਕਦੇ ਤੁਹਾਡੇ ਸਾਹਮਣੇ। ਅਤੇ 575 ਦਾ ਕਮੈਂਟ ਆ ਗਿਆ ਜੀ, ਉਹ ਵੀ ਦਿਖਾਵਾਂਗੇ, ਪਹਿਲਾਂ ਆਪਣੇ ਉਤਲੇ ਕਮੈਂਟਾਂ ਦਾ ਜਵਾਬ ਦੇ ਦਈਏ ਵੀਰੇ। ਅਤੇ 241, ਸਾਰੇ 241 ਖੜ੍ਹੇ ਆ ਤੁਹਾਨੂੰ ਦਿਖਾਉਣੇ ਆ। 50 ਨੰਬਰ ਹੈ, ਮਰੂਤੀ ਵਾਲਾ ਸਟੇਅਰਿੰਗ ਲੱਗਾ ਹੁੰਦਾ ਜੀ, 15 ਮਾਡਲ ਹੈ, 2,35,000 ਰੁਪਇਆ ਡਿਮਾਂਡ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ, ਲਾਈਕ ਅਤੇ ਸ਼ੇਅਰ ਨਹੀਂ ਰੁਕਦੇ ਨੇ। ਭੂਮੀ ਪੁੱਤਰ ਮਾਡਲ ਵੀ ਵਿਖਾ ਦਾਂਗੇ ਵੀਰੇ, ਅਤੇ ਸਾਰੇ ਵਿਖਾਵਾਂਗੇ ਵੀਡੀਓ ਦੇ ਨਾਲ, ਬਣੇ ਰਿਹਾ ਜੇ। ਮੈਂ ਸਾਰੇ ਟਰੈਕਟਰ ਦਿਖਾ ਕੇ ਜਾਵਾਂਗਾ, ਭੂਮੀ ਪੁੱਤਰ ਮਾਡਲ ਤੋਂ ਲੈ ਕੇ ਸਾਰੇ DLX ਮਾਡਲ ਵੀ ਵਿਖਾਵਾਂਗੇ ਤੁਹਾਨੂੰ, ਨਵਾਂ ਆਇਆ ਜਿਹੜਾ। ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ
241 ਆਈਸ਼ਰ ਪੰਜਾਬ ਨੰਬਰ ਹੈ, 14 ਮਾਡਲ ਹੈ, 1,99,000 ਰੁਪਇਆ ਡਿਮਾਂਡ ਹੈ। ਮਰੂਤੀ ਵਾਲਾ ਸਟੇਅਰਿੰਗ ਲੱਗਾ ਹੁੰਦਾ, ਜਮਾਂ ਓਰੀਜਨਲ ਟਰੈਕਟਰ ਪਿਆ, ਪੰਜਾਬ ਨੰਬਰ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ, ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ। ਸ਼ੇਅਰ ਅਤੇ ਲਾਈਕ ਨਹੀਂ ਤੁਸੀਂ ਰੁਕਣ ਦੇਣੇ। ਅਤੇ ਹੈਲੋ ਬਈ, ਹਾਂਜੀ ਦੱਸੋ ਜੀ। ਅਤੇ ਅਗਲੇ ਬੰਨੇ ਆਈਸ਼ਰ, ਇਹ ਹੈਗਾ 17 ਮਾਡਲ, 260,000 ਰੁਪਇਆ ਡਿਮਾਂਡ ਹੈ। ਅਤੇ ਜੇ ਇਸ ਦੀ ਗੱਲ ਕਰੀਏ ਟਾਇਰਾਂ ਦੀ, ਟਾਇਰ ਜਮਾਂ ਬਿਲਕੁਲ ਓਕੇ, ਨਵੇਂ ਟਾਇਰ ਪਏ ਨੇ ਜੀ, ਦੇਖ ਸਕਦੇ ਜਮਾਂ ਨਵੇਂ ਟਾਇਰ ਪਏ ਨੇ। ਵੀਡੀਓ ਨੂੰ ਸ਼ੇਅਰ ਨਾ ਸ਼ੇਅਰ ਕਰੀ ਚੱਲਿਆ ਜੇ। ਇੱਧਰ ਵੀ ਦੋ ਆਸ਼ੇ ਖੜ੍ਹੇ ਨੇ। ਅਤੇ ਇਹ ਹੈਗਾ 14 ਮਾਡਲ ਹੈ, 2,00,000 ਰੁਪਇਆ ਪੂਰੀ ਡਿਮਾਂਡ ਹੈ। ਸਿੰਪਲ ਸਟੇਅਰਿੰਗ ਹੈ ਅਤੇ ਦੇਖ ਸਕਦੇ ਛਤਰੀ ਛੁਤਰੀ ਉੱਤੇ ਲੱਗੀ ਹੋਈ ਆ। ਅਤੇ ਇਸ ਤੋਂ ਇਲਾਵਾ ਇੱਧਰ ਵੀ ਖੜ੍ਹਾ, ਅਤੇ ਆਸ਼ੇ ਵਾਲੇ ਵੀਰ ਨੂੰ ਜਿਹਨੇ ਆਸ਼ੇ ਦਾ ਕਮੈਂਟ ਕੀਤਾ ਸੀ 241 ਦਾ, ਸਾਰੇ ਦਿਖਾਤੇ ਬਈ, ਹੋਰ ਵੀ ਹੈਗਾ ਦਿਖਾ ਦਾਂਗੇ। ਮਾਡਲ ਹੈਗਾ 14, 1,85,000 ਰੁਪਇਆ, ਪੰਜਾਬ ਨੰਬਰ ਹੈ ਜੀ। ਸਿੰਪਲ ਸਟੇਅਰਿੰਗ, ਮਰੂਤੀ ਵਾਲਾ ਸਟੇਅਰਿੰਗ ਲੱਗਾ ਹੁੰਦਾ। ਅਤੇ ਜੇ ਕਿਸੇ ਵੀਰ ਨੇ ਲੈਣਾ, ਤਲਵੰਡੀ ਸਾਬੋ ਟਰੈਕਟਰ ਮੰਡੀ ਸਾਹਮਣੇ ਜਗਜੀਤ ਦੇ ਓਪੋਜਿਟ ਸਾਈਡ ਮੰਡੀ ਲੱਗਦੀ ਹੈ, ਇੱਥੇ ਖੜ੍ਹਾ ਹੁੰਦਾ। ਅਤੇ ਅਗਲੇ ਬੰਨੇ ਆਪਾਂ ਵਰਲਡ ਟਰੈਕ ਤੋਂ ਸ਼ੁਰੂ ਕਰਨਾ ਬਈ, ਵਰਲਡ ਟਰੈਕ ਤੋਂ ਸ਼ੁਰੂ ਕਰਨਾ। ਵੀਡੀਓ ਨੂੰ ਸ਼ੇਅਰ ਕਰ ਦਿਆ ਜੇ, ਲਾਈਕ ਸ਼ੇਅਰ ਕਰ ਦਿਉ, ਜਿਹੜੇ ਲੋਕ ਆ ਹੋਰ ਜੁੜ ਸਕਣ ਆਪਣੇ ਨਾਲ, ਕਿਉਂਕਿ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਮੰਡੀ 24 ਸਪੀਡ ਦੇ ਨਾਲ RX 60 ਅਤੇ ਆਟੋ ਲਿਫਟ। ਵਰਲਡ ਟਰੈਕ ਦੀ ਜੇ ਗੱਲ ਕਰੀਏ, ਪੰਜਾਬ ਨੰਬਰ ਹੈ, 16 ਮਾਡਲ ਹੈ, 540,000 ਰੁਪਇਆ ਡਿਮਾਂਡ ਹੈ। ਉਤਲੇ ਬੰਨੇ ਛਤਰੀ ਲੱਗੀ ਹੋਈ ਆ ਅਤੇ ਹਿੱਟ ਗਾਰਡ ਲੱਗੇ ਹੁੰਦੇ ਨੇ ਇੱਥੇ ਹੀ ਪਹਿਲਾਂ ਤੋਂ ਸਟਾਰਟਿੰਗ ਦੇ ਵਿੱਚ। ਅਤੇ ਜੇ ਗੱਲ ਕਰੀਏ ਆਪਾਂ ਸ਼ਟਲ ਸ਼ਿਫਟ ਦੇ ਨਾਲ ਉਹਦਾ ਸਪੀਡਾਂ ਇੰਨੀਆਂ, 24 ਨੇ 3 ਸਪੀਡਾਂ ਮੰਨ ਕੇ ਚੱਲੋ, ਟਰੈਕਟਰ ਹਾਈ ਲੋ ਮੀਡੀਅਮ। ਅਗਲੇ ਬੰਨੇ 855 4 ਸਟਾਰ ਰਿਵਰਸ PTO, 4 ਸਟਾਰ ਰਿਵਰਸ PTO ਦੀ ਜੇ ਗੱਲ ਕਰੀਏ, ਉਤਲੇ ਬੰਨੇ ਛਤਰੀ ਲੱਗੀ ਹੋਈ ਆ ਅਤੇ ਪਾਵਰ ਸਟੇਅਰਿੰਗ ਟਰੈਕਟਰ ਹੈ, ਪੰਜਾਬ ਨੰਬਰ ਹੈ। ਅਤੇ ਇਸ ਤੋਂ ਇਲਾਵਾ ਡਿਮਾਂਡ ਦੀ ਗੱਲ ਕਰੀਏ ਅਤੇ ਮਾਡਲ ਦੀ 16 ਮਾਡਲ ਹੈ, 523,000 ਰੁਪਇਆ ਡਿਮਾਂਡ ਹੈ। ਅਤੇ ਦੇਖ ਸਕਦੇ ਟਾਇਰ ਜਮ੍ਹਾਂ ਜੈਨੂਅਨ ਨੇ, ਜਮ੍ਹਾਂ ਬੇਦਾਗ ਪੱਕੇ ਟਾਇਰ ਹੈ ਜੀ। ਅਤੇ ਦੇਖ ਸਕਦੇ ਕੰਡੀਸ਼ਨ ਆ ਜਿਹੜੀ ਤੁਹਾਡੇ ਸਾਹਮਣੇ ਆ। ਅਤੇ ਅਗਲੇ ਬੰਨੇ ਨਿਊ ਹੋਲੈਂਡ 3600 TX ਮਾਡਲ ਹੈ, 15 ਮਾਡਲ ਹੈ, 463,000 ਰੁਪਇਆ ਡਿਮਾਂਡ ਹੈ। ਜੇ ਗੱਲ ਕਰੀਏ ਟਾਇਰ ਪੂਰੇ ਜੈਨੂਅਨ ਪਏ ਨੇ, ਚੰਗੇ ਪਏ ਨੇ, ਬੇਦਾਗ ਪੱਕੇ ਟਾਇਰ ਹੈ ਜੀ। ਅਤੇ ਇਸ ਤੋਂ ਇਲਾਵਾ ਪੂਰੀ ਕੰਡੀਸ਼ਨ ਸਾਫ਼ ਪਈ, ਟਰੈਕਟਰ ਦੀ ਝਾਤੀ ਮਰਵਾ ਦਿੰਦੇ ਤੁਹਾਨੂੰ, ਦੇਖੋ ਪੂਰਾ ਸਾਫ਼ ਪਿਆ ਟਰੈਕਟਰ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ। ਅਗਲੇ ਬੰਨੇ ਹੈਗਾ ਨਿਊ ਹੋਲੈਂਡ ਫੋਰਡ ਦਾ ਟਰੈਕਟਰ 3630 ਦੀ ਜੇ ਗੱਲ ਕਰੀਏ, ਨਵੇਂ ਟਾਇਰ ਅਤੇ ਇੱਕ ਮਾਡਲ ਹੈ, 275,000 ਰੁਪਇਆ ਡਿਮਾਂਡ ਹੈ। ਸਿੰਪਲ ਸਟੇਅਰਿੰਗ ਹੈ ਜੀ। ਮਹਿੰਦਰਾ 265 ਦੇ ਕਮੈਂਟ ਆ ਰਹੇ ਆਪਾਂ ਨੂੰ, ਮਹਿੰਦਰਾ 265 ਵੀ ਦਿਖਾ ਦਿੰਦੇ ਹਾਂ ਬਈ। ਅਤੇ ਓਇਲ ਇੰਪ੍ਰੈਸਡ ਬ੍ਰੇਕ ਸੋਨਾਲੀਕਾ ਇੰਟਰਨੈਸ਼ਨਲ 750 ਵਾਲਾ, ਇਹ ਹੈਗਾ ਪਾਵਰ ਸਟੇਅਰਿੰਗ ਹੈ ਅਤੇ ਪੰਜਾਬ ਨੰਬਰ ਹੈ ਅਤੇ 14 ਮਾਡਲ ਹੈ, 440,000 ਰੁਪਇਆ ਡਿਮਾਂਡ ਹੈ, 440,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਡਬਲ ਕਲੱਚ ਹੈ ਜੀ, ਨਵੇਂ ਟਾਇਰ ਨੇ, ਸਾਈਡ ਗੇਅਰ ਹੈ, ਡਬਲ ਡਿਸਟ੍ਰੀਬਿਊਟਰ ਆ, ਓਇਲ ਬ੍ਰੇਕ ਹੈ ਜੀ। ਅਤੇ ਦੇਖੋ ਪੰਜਾਬ ਦੀ ਮੰਡੀ ਹੈ, ਸਾਰਿਆਂ ਨਾਲੋਂ ਵੱਡੀ ਪੰਜਾਬ ਦੀ ਮੰਡੀ ਆ। ਦਿਨ ਲੱਗਦੀ ਹੈ ਬੁੱਧਵਾਰ, ਦਿਨ ਬੁੱਧਵਾਰ ਲੱਗਦੀ ਆ। 5055E ਟਰਬੋ ਕਲਰ ਸ਼ਿਫਟ ਦੇ ਵਿੱਚ ਨਵੇਂ ਟਾਇਰ ਚਾਰੇ, 12 ਮਾਡਲ ਹੈ, 475,000 ਰੁਪਇਆ ਡਿਮਾਂਡ, ਅਗਲੇ ਬੰਨੇ ਵੇਟ ਹੈ। ਅਤੇ ਜੇ ਗੱਲ ਕਰੀਏ ਟਰਬੋ, ਅਤੇ 5055E ਆ ਅਤੇ ਜਮ੍ਹਾਂ ਨਵੇਂ ਟਾਇਰ ਨੇ, ਜਮ੍ਹਾਂ ਨਵੇਂ, ਅਤੇ ਦੇਖ ਸਕਦੇ ਜਮ੍ਹਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ। ਅਤੇ ਅਗਲੇ ਬੰਨੇ ਜੌਂਡੀਅਰ 5050D, ਜੌਂਡੀਅਰ 5050D ਦੀ ਗੱਲ ਕਰੀਏ, ਇਹ ਹੈਗਾ 17 ਮਾਡਲ ਹੈ ਅਤੇ 520,000 ਰੁਪਇਆ ਡਿਮਾਂਡ ਹੈ, ਵੇਟ ਲੱਗਾ ਹੋਇਆ। ਅਗਲੇ ਬੰਨੇ ਦੇਖ ਸਕਦੇ ਕੰਡੀਸ਼ਨ ਪੂਰੀ ਸਾਫ਼ ਦਾ ਟਰੈਕਟਰ ਹੈ। ਇੰਡੋ ਫਾਰਮ 30-65 ਦਾ ਆ ਗਿਆ ਕਮੈਂਟ, ਸਾਰੇ ਦਿਖਾਵਾਂਗੇ ਵੀਰ। ਅਤੇ 53-05 ਆ ਮੈਨੂੰ ਕਮੈਂਟ ਆਉਂਦੇ ਹੁੰਦੇ ਸੀ ਪਹਿਲਾਂ, ਪੰਜਾਬ ਨੰਬਰ ਹੈ। ਇਸ ਤੋਂ ਇਲਾਵਾ
ਮਾਡਲ ਵਗੈਰਾ ਮਿਟ ਗਿਆ ਇੱਥੋਂ, ਅਤੇ ਫਿਰ ਵੀ ਤੁਹਾਨੂੰ ਦੱਸ ਦਿਆਂ ਕੰਡੀਸ਼ਨ ਜਮ੍ਹਾਂ ਓਕੇ ਟਾਇਰ ਨੇ, ਬੇਦਾਗ ਪੱਕੇ ਟਾਇਰ ਹੈ ਜੀ, ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਆ। ਅਤੇ ਇੱਧਰ ਟਰਾਲੇ ਆ ਗਏ ਜੀ, ਅਤੇ ਆਹ ਹੈਗਾ ਜਮ੍ਹਾਂ ਮੰਨ ਕੇ ਚੱਲੋ ਹੈਵੀ ਟਰਾਲਾ ਤੁਹਾਡੇ ਸਾਹਮਣੇ। ਅਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ 160,000 ਰੁਪਇਆ ਡਿਮਾਂਡ ਹੈ, ਅਤੇ ਆਹ ਇਹਨਾਂ ਦਾ ਚੈਨਲ ਵੀ ਆ ਮੰਨ ਕੇ ਚੱਲੋ, ਜੇ ਕਿਸੇ ਨੇ ਲੈਣਾ 160,000 ਰੁਪਇਆ ਡਿਮਾਂਡ ਹੈ, 160,000 ਹੀ ਐਸ ਦੀ ਆ। ਅਤੇ ਇਹਦਾ ਜੇ ਰੇਟ ਦੀ ਗੱਲ ਕਰੀਏ, ਕੰਡੀਸ਼ਨ ਦੀ ਗੱਲ ਕਰੀਏ, ਹੈਵੀ ਚੈਨਲ ਲੱਗੇ ਹੋਏ ਨੇ, ਚੈਨਲਾਂ ਦੀ ਟਰਾਲੀ ਆ, ਟਰਾਲਾ ਸੋਰੀ, ਅਤੇ ਹੈਗੀ ਟਰਾਲੀ ਇਹ ਹੈਗੀ 11 ਫੁੱਟ ਲੰਮੀ ਆ। ਅਤੇ ਜੇ ਗੱਲ ਕਰੀਏ ਘੜਿਆਂ ਵਾਲੇ ਰਿੰਮ ਨੇ, ਵਡੈਚ ਟਰੈਕਟਰਸ ਦੇ ਇਹ ਆਏ ਆ ਦੋਨੇ ਟਰਾਲੇ ਆ। ਇਹਨਾਂ ਦਾ ਆਪਾਂ ਨੰਬਰ ਦੱਸ ਦਿੰਦੇ ਹਾਂ ਤੁਹਾਨੂੰ, ਆਹ ਲਿਖੇ ਨੰਬਰ ਵੀਰੇ 80547000900, ਨੋਟ ਕਰ ਲਓ ਵੀਰੇ, ਮੈਂ ਵੀਡੀਓ ਖਿਲਾਰ ਦਿੰਦਾ ਇੱਕ ਮਿੰਟ ਲਈ, ਅਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਉ। ਆਹ ਦੋਨੇ ਜੇ ਟਰਾਲੀਆਂ ਲੈਣੀਆਂ ਤੁਸੀਂ ਆਹ ਕੰਟੈਕਟ ਕਰ ਸਕਦੇ, ਦੋ ਨੰਬਰ ਦੇਵਾਂਗੇ ਤੁਹਾਨੂੰ, 8306651282, ਨੋਟ ਕਰ ਲਓ। ਵੀਡੀਓ ਨੂੰ ਮੈਂ ਰੋਕਿਆ ਇੱਕ ਵਾਰੀ, ਨੋਟ ਕਰ ਲਓ ਤੁਸੀਂ, ਆਹ ਦੋਨੇ ਟਰਾਲੀਆਂ ਲੈਣੀਆਂ ਜੇ ਕਿਸੇ ਵੀਰ ਭਰਾ ਨੇ ਲੈਣੀਆਂ ਹੋਣ, ਅਤੇ ਉਹ ਕੰਟੈਕਟ ਕਰ ਸਕਦਾ। ਅਤੇ ਫਾਰਮ 60 ਦਾ ਆ ਗਿਆ, ਸਵਰਾਜ 744 ਦਾ ਆ ਗਿਆ, ਸਾਰੇ ਦਿਖਾਉਣੇ ਵੀਰੇ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲੋ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਵੀਡੀਓ। ਪੰਜਾਬ ਦੀ ਮੰਡੀ ਹੈ, ਅਤੇ ਦਿਨ ਲੱਗਦੀ ਹੈ ਬੁੱਧਵਾਰ। ਅਤੇ ਇਸ ਤੋਂ ਇਲਾਵਾ ਰੀਪਰ ਵੀ ਆਉਂਦੇ ਨੇ, ਸਾਰੀ ਚੀਜ਼ ਆਉਂਦੀ ਇੱਥੇ ਵਿਕਣੀ। ਅਤੇ ਸਟੈਂਡਰਡ ਆ ਗਿਆ ਜੀ 4345 ਡਬਲ ਕਲੱਚ ਦੇ ਵਿੱਚ, ਹੋਲੈਂਡ ਵੀ ਵਿਖਾਵਾਂਗੇ ਵੀਰੇ। ਅਤੇ ਵੀਡੀਓ ਦੇ ਨਾਲ ਬਣੇ ਰਿਹਾ ਕਰੋ, ਅਤੇ ਜਿਹੜੇ ਲੋਕ ਲੰਮੇ ਟਾਈਮ ਤੱਕ ਵੇਂਦੇ ਨੇ ਵੀਡੀਓ, ਉਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਸਾਰੇ ਟਾਈਟਲ ਦਿਖਾ ਕੇ ਜਾਂਦਾ, ਠੀਕ ਹੈ ਜੀ। ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ। ਸਟੈਂਡਰਡ ਆ ਗਿਆ ਜੀ 345 ਡਬਲ ਕਲੱਚ ਹੈ, ਸਿੰਪਲ ਸਟੇਅਰਿੰਗ ਹੈ ਜੀ। ਅਤੇ ਜੇ ਗੱਲ ਕਰੀਏ 6 ਮਾਡਲ ਹੈ, 1,85,000 ਰੁਪਇਆ ਡਿਮਾਂਡ ਹੈ। ਟਾਇਰਾਂ ਦੀ ਜੇ ਗੱਲ ਕਰੀਏ, ਬੇਦਾਗ ਪੱਕੇ ਟਾਇਰ ਹੈ ਜੀ, ਦੇਖੀ ਚੱਲਿਆ। ਹੁਣ ਆਪਾਂ ਤੁਹਾਨੂੰ ਟਰੈਕਟਰ ਨਹੀਂ ਰੁਕਣ ਦੇਣੇ, ਤੁਸੀਂ ਸ਼ੇਅਰ ਅਤੇ ਲਾਈਕ ਨਹੀਂ ਰੁਕਣ ਦੇਣੇ ਜੀ। ਅਗਲੇ ਬੰਨੇ ਸੋਨਾਲੀਕਾ ਇੰਟਰਨੈਸ਼ਨਲ 735 DII ਹੈ ਜੀ, ਅਤੇ ਇਹ ਮਾਡਲ ਹੈਗਾ 3, ਇਹ 1,72,000 ਰੁਪਇਆ ਡਿਮਾਂਡ ਹੈ। ਅਤੇ ਜੇ ਗੱਲ ਕਰੀਏ ਸੈਂਟਰ ਗੇਅਰ ਦੇ ਨਾਲ ਆਉਂਦਾ, ਸਵਰਾਜ ਵਾਲਾ ਹਿੱਸਾ ਲੱਗਾ ਹੁੰਦਾ ਜੀ, ਸਵਰਾਜ ਵਾਲਾ ਗੇਅਰ ਹੁੰਦਾ ਇਹਨੂੰ, ਸਵਰਾਜ ਵਾਲਾ ਹਿੱਸਾ ਹੁੰਦਾ, ਜੀਟਰ ਦਾ ਇਹਦਾ ਇੰਜਣ ਹੁੰਦਾ ਜੀ। ਅਤੇ ਅਗਲੇ ਬੰਨੇ ਸੋਨਾਲੀਕਾ DII 750 ਹਰਿਆਣਾ ਨੰਬਰ ਹੈ, ਪਾਵਰ ਸਟੇਅਰਿੰਗ ਹੈ, ਓਇਲ ਬ੍ਰੇਕ ਹੈ, ਅਤੇ 15 ਮਾਡਲ ਹੈ, 4,30,000 ਰੁਪਇਆ ਡਿਮਾਂਡ ਹੈ, 4,30 ਡਿਮਾਂਡ ਹੈ। ਵੀਡੀਓ ਨੂੰ ਸ਼ੇਅਰ ਕਰ ਦਿਉ। 5305 ਦਾ ਕਮੈਂਟ ਆ ਗਿਆ ਆਪਾਂ ਨੂੰ, ਉਹ ਵੀਰੇ ਮੈਂ ਹੁਣੇ ਦਿਖਾ ਕੇ ਆਇਆ 5305। ਵੀਡੀਓ ਨੂੰ ਸ਼ੇਅਰ ਕਰੀ ਚੱਲੋ, ਸਾਰੇ ਟਰੈਕਟਰ ਦਿਖਾਵਾਂਗੇ, ਹਜੇ ਹੋਰ ਵੀ ਦਿਖਾਉਣੇ ਨੇ। ਅਰਜਨ 605 ਦੀ ਜੇ ਗੱਲ ਕਰੀਏ, ਅਰਜਨ ਵੈਲੀ ਇਹ ਹੈਗਾ ਜੀ, 5,50,000 ਰੁਪਇਆ ਡਿਮਾਂਡ ਹੈ, 2010 ਮਾਡਲ ਹੈ, ਹਰਿਆਣਾ ਨੰਬਰ ਹੈ, ਟਾਇਰ ਨਾਲ ਦੇ ਆ, ਮੰਨ ਕੇ ਚੱਲੋ ਓਰਿਜਨਲ ਟਾਇਰ ਪਏ ਨੇ, 5,000 3-4,000 ਘੰਟਾ ਸਾਰਾ ਟਰੈਕਟਰ ਚੱਲਿਆ। ਜੇ ਕੰਡੀਸ਼ਨ ਦੀ ਗੱਲ ਕਰੀਏ, ਜਮ੍ਹਾਂ ਸਾਫ਼ ਦਾ, ਅੱਛਾ ਤੁਸੀਂ ਕਹਿ ਰਹੇ ਜੀ 855 ਸਾਹਮਣੇ ਦਿਖਾਉਂਦੇ ਆ। ਅਗਲੇ ਬੰਨੇ 5503 ਵੀ ਖੜਾ, ਠੀਕ ਹੈ ਜੀ, ਟਰਾਲੀ ਵੀ ਵਿਖਾਵਾਂਗੇ ਬਈ। ਅਤੇ 5503 ਇਹ ਐਸ ਵਾਲਾ ਮਾਡਲ ਹੈ, 3 ਮਾਡਲ ਹੈ, 2,10,000 ਰੁਪਇਆ ਡਿਮਾਂਡ ਹੈ, ਅਤੇ ਕੰਡੀਸ਼ਨ ਪੂਰੀ ਸਾਫ਼ ਦਾ, ਸਿੰਪਲ ਸਟੇਅਰਿੰਗ ਦੇ ਵਿੱਚ ਹੈ ਜੀ, ਦੇਖ ਸਕਦੇ ਕਲਰ ਸ਼ਿਫਟ ਦੇ ਵਿੱਚ ਹੈ, ਕਾਲੀ ਪੇਟੀ ਵਾਲਾ ਇਹਦਾ ਇੰਜਣ ਹੈ। ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ। ਸਵਰਾਜ 855 4-star ਰਿਵਰਸ PTO ਪਾਵਰ ਸਟੇਅਰਿੰਗ, ਚੰਗੇ ਪੂਰੇ ਨਵੇਂ ਟਾਇਰ, 15 ਮਾਡਲ, 4,98,000 ਰੁਪਇਆ ਡਿਮਾਂਡ ਆ, ਪਾਵਰ ਸਟੇਅਰਿੰਗ ਹੈ ਜੀ ਟਰੈਕਟਰ। ਜੇ ਗੱਲ ਕਰੀਏ ਟਾਇਰ, ਅਗਲੇ ਬੰਨੇ
ਫੈਂਡਰ ਮਗਰਾਟ ਲੱਗੇ ਹੋਏ ਆ ਜੀ, ਤੇ ਟਾਇਰ ਪੂਰੇ ਪਏ ਨੇ 80-90 ਪੈਸੇ, ਤੇ ਵੇਖ ਸਕਦੇ ਪੂਰਾ ਰੰਗ ਰੋਗਨ ਦਾ ਸਾਫ ਹੈ ਟਾਈਟਰ, ਤੁਹਾਨੂੰ ਚਾਦੀ ਮਰਵਾਦੀ ਹੈ, ਰੰਗ ਰੋਗਨ ਵੱਲੋਂ ਵੀ ਦੇਖ ਸਕਦੇ ਜੇ। ਫਾਰਮ ਟਰੈਕ ਸੱਠ ਜੀ, ਜੇ ਗੱਲ ਕਰੀਏ ਇਹ ਹੈਗਾ 7 ਮਾਡਲ ਹੈ, 2,65,000 ਰੁਪਇਆ ਡਿਮਾਂਡ ਹੈ, 2,65,000 ਰੁਪਇਆ ਡਿਮਾਂਡ ਹੈ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ, ਲਾਈਕ ਸ਼ੇਅਰ ਕਰ ਦਿਓ। ADI ਹੈ, ਡੀਜ਼ਲ ਸੇਵਰ ਹੈ, ਮੋਰ ਪਾਵਰ ਹੈ ਜੀ, ਅਤੇ ਲਾਈਵ ਵੀਡੀਓ ਦੇ ਨਾਲ ਹੈ। ਅਤੇ ਅਗਲੇ ਬੰਨੇ ਸੋਨਾ ਸਵਰਾਜ 744 ਦਾ ਜਿਹੜਾ ਕਮੈਂਟ ਸੀ, 3 ਸਟਾਰ ਹੈ ਬਈ, ਆਹ ਵਿਖਾਤਾ ਵੀਡੀਓ ਨੂੰ ਸ਼ੇਅਰ ਕਰ ਦੀ। 551 ਅਤੇ 557 ਦਾ ਵੀ ਆ ਗਿਆ ਆਈਸ਼ਰ ਦਾ, ਉਹ ਵੀ ਵਿਖਾਵਾਂਗੇ ਬਈ। ਅਤੇ ਤੇਲ ਬ੍ਰੇਕ ਹੈ ਜੀ ਟਾਈਟਰ, ਅਤੇ ਜੇ ਗੱਲ ਕਰੀਏ 12 ਮਾਡਲ ਹੈ, ਅਤੇ 375,000 ਰੁਪਇਆ ਡਿਮਾਂਡ ਹੈ। ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ, ਲਾਈਕ ਸ਼ੇਅਰ ਕਰੀ ਚੱਲਿਆ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੀ। ਅਤੇ ਇਸ ਤੋਂ ਇਲਾਵਾ ਅਗਲੇ ਬੰਨੇ ਨਿਊ ਹੋਲੈਂਡ 3630 ਦੀ ਜੇ ਗੱਲ ਕਰੀਏ, 3630 ਹੈਗਾ 18 ਮਾਡਲ ਹੈ, 675,000 ਰੁਪਇਆ ਡਿਮਾਂਡ ਹੈ। ਰਿਵਰਸ PTO ਟੋਪ ਮਾਡਲ ਹੈ ਜੀ, ਦੇਖੋ ਜੀ 12+3 ਦੀ ਸਪੀਡ ਹੈ, ਉਤਲੇ ਬੰਨੇ ਛਤਰੀ ਲੱਗੀ ਹੋਈ ਆ। ਇਸ ਤੋਂ ਇਲਾਵਾ ਟਾਇਰ ਬਿਲਕੁਲ ਬੇਦਾਗ ਪੱਕੇ ਟਾਇਰ ਹੈ ਜੀ। ਜੇ ਕੰਡੀਸ਼ਨ ਦੀ ਗੱਲ ਕਰੀਏ, ਤੁਹਾਡੇ ਸਾਹਮਣੇ ਕੰਡੀਸ਼ਨ ਦੇਖੋ ਕਿੰਨੀ ਸਾਫ ਦਾ ਪਿਆ ਟਰੈਕਟਰ, ਦੇਖੋ ਝਾਤੀ ਮਰਵਾ ਦੇਣੀ ਚਾਹੀਦੀ ਟਰੈਕਟਰ ਨੂੰ ਇੱਕ ਵਾਰੀ। ਰਿਵਰਸ PTO ਜੀ, ਫਾਰਮ ਟਰੈਕ 60, ਇਹ ਹੈਗਾ ਜੀ 60, ਓਇਲ ਇੰਪ੍ਰੈਸਡ ਬ੍ਰੇਕ, ਹਾਈ ਕੈਪੈਸਿਟੀ ਲਿਫਟ, ਪਾਵਰ ਸਟੀਅਰਿੰਗ ਹੈ। ਜੇ ਗੱਲ ਕਰੀਏ ਮਾਡਲ ਹੈ 11, 365,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਟਾਇਰ ਪੂਰੇ ਅਗਲੇ ਨਵੇਂ ਨੇ। ਮਗਰਲਿਆਂ ਦੀ ਜੇ ਗੱਲ ਕਰੀਏ, ਇਹ ਹੈਗੇ ਆ 65 ਪੈਸੇ, ADI ਹੈ ਜੀ, ਦੇਖ ਸਕਦੇ ਜਮਾਂ ਸਾਫ ਕੰਡੀਸ਼ਨ ਦਾ। ਆਹ ਚੱਲੇ ਜੀ 50-50 ਡੀ ਦੀ ਟਰੈਲ ਲੈਣ, ਇਹ ਹੋ ਰਹੀ ਹੈ ਟਰੈਲ। ਅਤੇ ਇਸ ਤੋਂ ਇਲਾਵਾ ਵੀਰੇ ਉਹ ਲੋਈ ਨਾਲ ਲੱਗਦੀ ਪਈ ਆ ਟਾਇਰ ਦੇ। ਅੱਛਾ, ਤਾਂ ਅਗਲੇ ਬੰਨੇ ਜੀ ਆਪਾਂ ਝਾਤੀ ਮਰਵਾਈਏ, ਬੜੇ ਟਾਈਟਰ ਆਏ ਜੀ, ਵੀਡੀਓ ਨੂੰ ਸ਼ੇਅਰ ਕਰ। ਓਲਡ ਮਾਡਲ 855 ਇੱਕ ਵੀਰੇ ਵਿਖਾਤਾ, ਹੋਰ ਵੀ ਵਿਖਾ ਦਾਂਗੇ, ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ, ਸਾਰੇ ਟਾਈਟਰ ਦਿਖਾ ਕੇ ਜਾਵਾਂਗੇ। ਸੋਨਾਲੀਕਾ 750 ਹਰਿਆਣਾ ਨੰਬਰ ਆ ਗਿਆ ਜੀ ਆਪਣੇ ਸਾਹਮਣੇ, 12 ਮਾਡਲ, 365,000 ਰੁਪਇਆ ਡਿਮਾਂਡ ਹੈ। ਅਤੇ ਪਾਵਰ ਸਟੀਅਰਿੰਗ ਹੈ, ਡਬਲ ਡਿਸਟ੍ਰੀਬਿਊਟਰ, ਤੇਲ ਬ੍ਰੇਕ ਹੈ ਜੀ, ਦੇਖ ਸਕਦੇ ਕੰਡੀਸ਼ਨ ਬੇਤਕ ਪੱਕੇ ਟਾਇਰ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਕਰਦਾ ਜੇ, ਤਲਵੰਡੀ ਸਾਬੋ ਟਰੈਕਟਰ ਮੰਡੀ, ਵਾਰ ਵਾਰ ਬੋਲ ਰਹੇ ਹਾਂ, ਬਾਅਦ 'ਚੋਂ ਵੀ ਕਮੈਂਟ ਆਉਂਦੇ ਰਹਿੰਦੇ ਨੇ ਵੀ ਕਿਹੜੀ ਮੰਡੀ 'ਚ ਹੈ, ਕਿਹੜੀ ਮੰਡੀ 'ਚ ਹੈ। ਤਲਵੰਡੀ ਸਾਬੋ ਦਿਨ ਬੁੱਧਵਾਰ ਲੱਗਦੀ, ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲੋਕ ਜਿਹੜਾ ਆਪਣੇ ਨਾਲ ਜੁੜ ਸਕਣ। ਅਤੇ ਆਪਾਂ ਐਤਵਾਰ ਵੀ ਲਾਈਵ ਹੁੰਦੇ ਹਾਂ ਫਤਿਹਾਬਾਦ ਮੰਡੀ ਦੇ ਵਿੱਚ। ਅਤੇ ਇਸ ਤੋਂ ਇਲਾਵਾ ਸੋਨਾਲੀਕਾ DI 35HR ਨੰਬਰ ਹੈ, ਸਿੰਪਲ ਸਟੀਅਰਿੰਗ ਹੈ। ਇਸ ਤੋਂ ਇਲਾਵਾ 8 ਮਾਡਲ ਹੈ, 6 ਝਰੀ ਵਾਲਾ, ਅਤੇ 2,40,000 ਰੁਪਇਆ ਉੱਤੇ ਮਿਊਜ਼ਿਕ ਸਿਸਟਮ ਲੱਗਾ ਹੋਇਆ। ਜੇ ਗੱਲ ਕਰੀਏ ਸਾਈਡ ਗੇਅਰ ਹੈ ਜੀ, ਸਾਈਡ ਗੇਅਰ ਹੈ, ਮਿਊਜ਼ਿਕ ਸਿਸਟਮ ਲੱਗਾ ਹੋਇਆ, ਅਤੇ ਸਿੰਪਲ ਸਟੀਅਰਿੰਗ ਹੈ, 8 ਮਾਡਲ ਹੈ, 2,40,000 ਰੁਪਇਆ ਡਿਮਾਂਡ ਹੈ। ਅਗਲੇ ਬੰਨੇ ਸਵਰਾਜ 744, ਇੱਕ ਮਾਡਲ ਹੈ ਅਤੇ ਹਰਿਆਣਾ ਨੰਬਰ ਹੈ, ਅਤੇ 2,40,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਕੰਡੀਸ਼ਨ ਦੀ, ਕੰਡੀਸ਼ਨ ਪੂਰੀ ਬੇਦਾਗ ਅਤੇ ਪੱਕੀ, ਉਰ ਸਾਫ ਪਿਆ ਕੰਡੀਸ਼ਨ ਦਾ, ਅਤੇ ਦੇਖ ਸਕਦੇ ਜਮਾਂ ਸਾਫ ਕੰਡੀਸ਼ਨ ਦਾ, ਸ਼ੌਂਕੀ ਜੱਟ ਲਿਖਾਇਆ ਉੱਤੇ, ਸ਼ੌਂਕੀ ਜੱਟ। ਅਤੇ ਅਗਲੇ ਬੰਨੇ HDM ਸੋਨਾਲੀਕਾ 750 ਆ ਗਿਆ ਜੀ, ਇੰਟਰਨੈਸ਼ਨਲ ਹੈਵੀ ਡਿਊਟੀ ਮਾਈਲੇਜ ਮਾਸਟਰ, ਹਰਿਆਣਾ ਨੰਬਰ ਇੱਥੋਂ ਸ਼ੁਰੂ ਹੋ ਜਾਂਦੇ ਨੇ, ਉੱਧਰ ਆਪਾਂ ਪੰਜਾਬ ਨੰਬਰ ਵਿਖਾਇਆ, ਇੱਧਰ ਹਰਿਆਣਾ ਨੰਬਰ ਵਿਖਾ ਰਹੇ ਹਾਂ। 16 ਮਾਡਲ, 4,65,000 ਰੁਪਇਆ ਡਿਮਾਂਡ ਹੈ। ਜਮਾਂ ਟਾਇਰ ਨਵੇਂ ਨੇ, ਓਇਲ ਬ੍ਰੇਕਾਂ, ਡਬਲ ਡਿਸਟ੍ਰੀਬਿਊਟਰ ਹੈ, ਪਾਵਰ ਸਟੀਅਰਿੰਗ ਹੈ ਜੀ ਟਰੈਕਟਰ। ਕਪੋਟਾ ਵੀਰੇ ਦਿਖਾਵਾਂਗੇ, ਆਈਸ਼ਰ ਵੀ ਦਿਖਾਵਾਂਗੇ, 241 ਵਿਖਾ ਵੀ ਦਿੱਤੇ, ਹੋਰ ਵੀ ਵਿਖਾ ਦਾਂਗੇ। ਅਤੇ ਇਸ ਤੋਂ ਅਗਲੇ ਬੰਨੇ ਜੇ ਗੱਲ ਕਰੀਏ ਆਪਾਂ ਸੋਨਾਲੀਕਾ DI 35 ਦੀ, DI 35 ਹੈਗਾ ਜੀ ਹਰਿਆਣਾ ਨੰਬਰ, 6 ਝਰੀ ਹੈ, 9 ਮਾਡਲ ਹੈ, 2,75,000 ਰੁਪਇਆ ਡਿਮਾਂਡ ਹੈ। ਸਾਈਡ ਗੇਅਰ ਹੈ ਅਤੇ
ਸਿੰਪਲ ਸਟੀਅਰਿੰਗ ਦੇ ਵਿੱਚ ਹੈ ਜੀ, ਦੇਖ ਸਕਦੇ ਜਿਹੜਾ ਸਾਫ ਕੰਡੀਸ਼ਨ ਦਾ ਟਰੈਕਟਰ ਪੂਰਾ ਪਿਆ ਹੈ। ਅਤੇ ਅਗਲੇ ਬੰਨੇ ਸੋਨਾਲੀਕਾ 35 ਹਰਿਆਣਾ ਨੰਬਰ ਹੈ, ਅਤੇ ਇਸ ਤੋਂ ਇਲਾਵਾ 13 ਮਾਡਲ ਹੈ, 3,10,000 ਰੁਪਇਆ ਡਿਮਾਂਡ ਹੈ, 3,10,000 ਰੁਪਇਆ ਡਿਮਾਂਡ ਹੈ। ਸਿੰਪਲ ਸਟੀਅਰਿੰਗ ਦੇ ਵਿੱਚ ਹੈ, ਨਵੇਂ ਟਾਇਰ ਹੈ ਜੀ, ਦੇਖ ਸਕਦੇ ਜਮ੍ਹਾਂ ਸਾਫ ਕੰਡੀਸ਼ਨ ਦਾ ਟਰੈਕਟਰ ਹੈ। ਅਤੇ ਅਗਲੇ ਬੰਨੇ ਮੈਸੀ 5,545 ਦੀ ਜੇ ਗੱਲ ਕਰੀਏ ਨਾ, ਇਹ ਹੈਗਾ ਜੀ 4 ਮਾਡਲ, 2,25,000 ਰੁਪਇਆ ਡਿਮਾਂਡ ਹੈ, 2,25,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਅਗਲੇ ਬੰਨੇ ਲਾਈਟਾਂ ਲੁਟਾਂ ਲੱਗੀਆਂ ਹੋਈਆਂ ਨੇ, ਸਿੰਪਲ ਸਟੀਅਰਿੰਗ ਦੇ ਵਿੱਚ ਹੈ, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਬੇਦਾਗ ਪੱਕੇ ਟਾਇਰ ਹੈ ਜੀ। ਅਗਲੇ ਬੰਨੇ ਸਵਰਾਜ 744-99 ਮਾਡਲ, 99 ਮਾਡਲ ਹੈ, 1,55,000 ਰੁਪਇਆ ਡਿਮਾਂਡ ਹੈ, ਸਿੰਪਲ ਸਟੀਅਰਿੰਗ ਅਤੇ ਟਾਇਰ ਅਗਲੇ ਨਵੇਂ ਨੇ, 90 ਪੈਸੇ ਪਏ ਘੱਟੋ ਘੱਟ ਮਗਰਲੇ ਹੈਗੇ ਜੀ, 30 ਤੋਂ 40 ਪੈਸੇ ਟਾਇਰ ਹੈ, ਬੇਦਾਗ ਪੱਕੇ ਟਾਇਰ ਹੈ ਜੀ। ਅਤੇ 724 ਆ, ਸੋਨਾਲੀਕਾ 735 ਹੈ ਜੀ, ਇੰਟਰਨੈਸ਼ਨਲ ਹੈ, HDM ਹਰਿਆਣਾ ਮਾਡਲ ਹੈ, ਅਤੇ 20 ਮਾਡਲ, 4-25 ਡਿਮਾਂਡ ਹੈ। ਅਤੇ ਇਸ ਤੋਂ ਇਲਾਵਾ ਇੱਧਰ ਬੜੇ ਖੜੇ ਰਾਈਡਰ, ਅਗਲੇ ਬੰਨੇ ਆਪਾਂ ਚੱਲਦੇ ਹਾਂ, ਵੀਡੀਓ ਨੂੰ ਸ਼ੇਅਰ ਕਰ ਦਿਉ। 69 ਦਾ ਕਮੈਂਟ ਆ ਗਿਆ, ਅਤੇ ਡਿਊਜ਼ ਫਾਰ ਦੇ ਵੀ ਆਏ ਨੇ ਕਮੈਂਟ, ਅੱਜ ਆਪਾਂ ਨੂੰ ਡਿਊਜ਼ ਫਾਰ ਦੇ 2 ਕਮੈਂਟ ਆ ਗਏ, ਅਤੇ ਤੁਹਾਨੂੰ ਦਿਖਾਉਂਦੇ ਹਾਂ। 235 ਵੀ ਆਇਆ ਅੱਜ, 4511 ਖੜਾ, ਇੱਥੋਂ ਸ਼ੁਰੂ ਕਰਾਂਗੇ ਆਪਾਂ ਸਵ ਆਇਸ਼ਾ ਤੋਂ। ਵੀਡੀਓ ਨੂੰ ਸ਼ੇਅਰ ਕਰ ਦਿਉ ਇੱਕ ਵਾਰ, ਜੇ ਗੱਲ ਕੀਤੀ ਜਾਵੇ 241 ਖੜਾ ਸਾਹਮਣੇ ਆਪਣੇ, ਵੀਡੀਓ ਨੂੰ ਸ਼ੇਅਰ ਕਰ ਦਿਉ। ਅਤੇ ਜੇ ਗੱਲ ਕਰੀਏ ਸਿੰਪਲ ਸਟੀਅਰਿੰਗ ਦੇ ਨਾਲ, ਅਤੇ 2000 ਮਾਡਲ ਹੈ, 1,15,000 ਰੁਪਇਆ ਡਿਮਾਂਡ ਹੈ, 1,15,000 ਰੁਪਇਆ ਡਿਮਾਂਡ ਹੈ। ਦੇਖੋ ਪੂਰੀ ਸਾਫ ਕੰਡੀਸ਼ਨ ਦਾ ਰੇਟ ਰੁਪਇਆ। ਅਗਲੇ ਬੰਨੇ ਸਵਰਾਜ 855 2-star, ਸਿੰਪਲ ਸਟੀਅਰਿੰਗ, ਟਾਇਰ ਨਵੇਂ ਹੈ, 5 ਮਾਡਲ ਹੈ, ਅਤੇ 3,22,000 ਰੁਪਇਆ ਡਿਮਾਂਡ ਹੈ, 3,22,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਜੀ ਕੰਡੀਸ਼ਨ, MRF ਦੇ ਟਾਇਰ ਹੈ ਜੀ, ਦੇਖੋ MRF ਦੇ ਟਾਇਰ ਹੈ, ਮਗਰੋਂ ਮੈਂ ਵੇਖ ਕੇ ਦੱਸਦਾ ਹੁੰਦਾ ਜ਼ਿਆਦਾ ਟਾਈਮ, ਅਤੇ ਦੇਖ ਸਕਦੇ ਸਾਫ ਕੰਡੀਸ਼ਨ ਦਾ 2-star ਹੈ। ਅਗਲੇ ਬੰਨੇ HMT 4511, ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ, ਲਾਈਕ ਸ਼ੇਅਰ ਕਰ ਦਿਉ ਇੱਕ ਵਾਰੀ ਸਾਰੀ ਵੀਡੀਓ ਨੂੰ। ਮੰਡੀ ਬਹੁਤ ਵੱਡੀ ਜੀ, ਬੜੀ ਭਰੀ ਹੋਈ ਮੰਡੀ ਆ, ਤਲਵੰਡੀ ਸਾਬੋ ਦੀ ਮੰਡੀ ਆ, ਮਸ਼ੀਨਾਂ ਵੀ ਆਈਆਂ ਨੇ ਇੱਥੇ, ਅਤੇ ਜੇ ਗੱਲ ਕਰੀਏ ਆਪਾਂ ਟਰੈਕਟਰ ਵੀ ਆਏ ਨੇ, ਠੀਕ ਹੈ ਜੀ, ਮੰਡੀ ਪੂਰੀ ਭਰੀ ਹੋਈ ਹੈ। ਵੀਡੀਓ ਨੂੰ ਸ਼ੇਅਰ ਕਰ ਦਿਉ ਇੱਕ ਵਾਰੀ, ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਵੀਡੀਓ ਪਹੁੰਚਣੀ ਚਾਹੀਦੀ ਆ। ਅਤੇ 745 HMT ਸੋਰੀ, ਜੇ 4511 ਦੀ ਗੱਲ ਕਰੀਏ ਸਿੰਪਲ ਸਟੀਅਰਿੰਗ ਦੇ ਨਾਲ, ਅਤੇ ਮਾਡਲ ਹੈਗਾ ਜੀ 98, 1,45,000 ਰੁਪਇਆ ਡਿਮਾਂਡ ਹੈ, ਸਿੰਪਲ ਸਟੀਅਰਿੰਗ ਹੈ। ਟਾਇਰ ਤੁਸੀਂ 20-30% ਗਿਣ ਸਕਦੇ ਜੀ, 20-30% ਟਾਇਰ ਨੇ, ਅਤੇ ਇਹ ਰੇਸਾਂ ਦਿੰਦਾ ਕਹਿੰਦੇ, ਇਹ ਰੇਸਾਂ ਦਿੰਦਾ, ਦੇਖੋ ਲਿਖਿਆ 4511, ਇਹ ਰੇਸਾਂ ਦਿੰਦਾ ਕਹਿੰਦੇ, ਇਹ ਬਈ 4511 ਜੀਟਰ ਇੰਜਨ ਨੇ, ਅਤੇ ਮਹਿੰਦਰਾ 235 DI ਏਅਰ ਫਲੋ ਤਾਂ ਲਿਖਿਆ, ਇਹ ਜਿਹੜੀ ਇਹਦੀ ਕੂਲਿੰਗ ਹੈ, ਇਹਦੀ ਰੈਗੂਲੇਟਰ 'ਤੇ ਨਹੀਂ ਹੁੰਦੀ, ਪੱਖੀਆਂ ਦੇ ਸਿਰ 'ਤੇ ਕੂਲਿੰਗ ਹੈ ਜੀ, ਠੀਕ ਹੈ। ਲੈਮੀਲੇਸ਼ਨ ਕਰੇ ਹੋਏ ਆ ਮਗਰਾਟ, ਅਤੇ ਸਿੰਪਲ ਸਟੀਅਰਿੰਗ ਹੈ, ਮਗਰਲੇ ਟਾਇਰ ਚੰਗੇ ਪਏ ਨੇ, ਅਗਲੇ 20-30% ਹੈ, ਗੁਡੀਅਰ ਦੇ ਟਾਇਰ ਨੇ, ਅਤੇ MRF ਦੇ ਟਾਇਰ ਨੇ। ਆਹ ਦੇਖੋ ਜੀ ਪੱਖੀ ਦੇ ਉੱਤੇ ਕੂਲਿੰਗ ਹੁੰਦੀ ਹੈ ਇਹਦੀ, ਟਾਈਟਰ ਦੀ 235 DI ਦੀ ਏਅਰ ਫਲੋ ਤਾਂ ਲਿਖਿਆ ਜੀ। ਅਤੇ ਅਗਲੇ ਬੰਨੇ ਆਈਸ਼ਰ ਦੀ ਗੱਲ ਕਰੀਏ, ਮਾਡਲ ਹੈ 95, ਅਤੇ 1,40,000 ਰੁਪਇਆ ਡਿਮਾਂਡ ਹੈ, 1,40,000 ਰੁਪਇਆ ਕਹਿੰਦਾ ਦੇ ਜਾਓ ਅਤੇ ਆਹ ਟਾਈਟਰ ਲੈ ਜਾਓ। ਅਤੇ ਅਪੋਲੋ ਦੇ ਟਾਇਰ ਹੈ ਜੀ, ਚੰਗੇ ਟਾਇਰ ਪਏ ਨੇ, ਚਾਰੇ ਚੰਗੇ ਟਾਇਰ ਪਏ ਜੀ। ਸੋਨਾਲੀਕਾ 750 ਇੰਟਰਨੈਸ਼ਨਲ, ਇਹ ਹੈਗਾ ਜੀ 8 ਮਾਡਲ, 2,80,000 ਰੁਪਇਆ ਡਿਮਾਂਡ ਹੈ, 2,80 ਡਿਮਾਂਡ ਹੈ। ਇਸ ਤੋਂ ਇਲਾਵਾ ਅਗਲੇ ਬੰਨੇ ਮਗਰਾਟ ਲੱਗੇ ਹੈ ਜੀ, ਜੇ ਮਗਰਲਿਆਂ ਦੀ ਗੱਲ ਕਰੀਏ 1,428 ਦੇ ਟਾਇਰ ਹੈ, ਚੰਗੇ ਟਾਇਰ ਪਏ ਹੈ ਜੀ,
ਤੇ ਮੰਡੀ ਪੂਰੀ ਭਰੀ ਹੋਈ ਹੈ, ਸ਼ੇਅਰ ਕਰ ਦਿਓ। ਟਰਾਲੇ ਹੈ ਕਿ ਹਾਂਜੀ ਵੀਰੇ, ਟਰਾਲੇ ਬਹੁਤ ਜ਼ਿਆਦੇ, ਟਰਾਲੇ ਤੁਹਾਨੂੰ ਵਿਖਾਉਣੇ ਵੀ ਆ। ਉਹ ਬੈਕ ਸਾਈਡ ਟਰਾਲੇ ਹੀ ਲੱਗੇ, ਉਹ ਵੇਖੋ ਤੁਹਾਨੂੰ ਜ਼ੂਮ ਕਰ ਦਿੰਦੇ ਆ, ਉਹ ਟਰਾਲੇ ਹੀ ਲੱਗੇ, ਟਰਾਲੀਆਂ ਟਰਾਲੇ ਬੜੇ ਲੱਗੇ ਨੇ, ਸਾਰੇ ਵਿਖਾ ਕੇ ਜਾਣੇ ਵੀਡੀਓ ਦੇ ਵਿੱਚ। ਵੀਡੀਓ ਨੂੰ ਸ਼ੇਅਰ ਕਰੋ, ਇੱਕ ਵਾਰੀ ਲਾਈਕ ਸ਼ੇਅਰ ਕਰੋ, ਸਾਰੇ ਜਾਣੇ ਸਾਰਾ ਕੁਛ ਵਿਖਾ ਕੇ ਜਾਣਾ ਅੱਜ ਵੀਡੀਓ ਦੇ ਵਿੱਚ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਆਇਸ਼ਰ ਇਹ ਹੈਗਾ 92 ਮਾਡਲ ਹੈ, 1,28,000 ਰੁਪਇਆ ਡਿਮਾਂਡ ਹੈ। ਤੇ ਜੇ ਕਿਸੇ ਵੀਰ ਨੇ ਲੈਣਾ, ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਖੜੇ। ਡਿਊਸ ਪਾਰ ਵੀਰੇ ਹਜੇ ਤੱਕ ਮੈਂ ਵੇਖਿਆ ਨਹੀਂ ਗਾ, ਪਰ ਵਿਖਾਵਾਂਗੇ ਜ਼ਰੂਰ, ਜੇ ਹੋਇਆ ਮੰਡੀ 'ਚ ਜ਼ਰੂਰ ਵਿਖਾ ਕੇ ਜਾਵਾਂਗੇ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ। ਸੋਨਾਲੀਕਾ 745 ਇੰਟਰਨੈਸ਼ਨਲ ਦੀ ਜੇ ਗੱਲ ਕਰੀਏ, ਸਿੰਪਲ ਸਟੇਅਰਿੰਗ ਹੈ। ਇਸ ਤੋਂ ਇਲਾਵਾ 9 ਮਾਡਲ ਹੈ ਅਤੇ 3,10,000 ਰੁਪਇਆ ਡਿਮਾਂਡ ਹੈ, ਅਤੇ ਹਰਿਆਣਾ ਨੰਬਰ ਹੈ ਜੀ। ਅਤੇ ਇਹ ਹੈਗਾ ਸਿੰਪਲ ਸਟੇਅਰਿੰਗ ਦੇ ਵਿੱਚ ਹੈ, ਸਾਈਡ ਗੇਅਰ ਦੇ ਨਾਲ ਹੈ ਜੀ। ਸਾਈਡ ਗੇਅਰ ਦਾ ਟਾਇਰ ਚੰਗੇ ਨੇ, 14-9-28 ਦੇ ਟਾਇਰ ਹੈ ਜੀ। ਅਤੇ ਅਗਲੇ ਬੰਨੇ ਸਵਰਾਜ 855, 3-star ਰਿਵਰਸ ਪੀਟੀਓ, ਜਮ੍ਹਾਂ ਓਕੇ ਕੰਡੀਸ਼ਨ ਦਾ ਟਰੈਕਟਰ ਪਿਆ, ਜਮ੍ਹਾਂ ਨਵੇਂ ਟਾਇਰ ਨੇ। ਦੇਖ ਸਕਦੇ ਕੰਡੀਸ਼ਨ ਹੈ ਜਿਹੜੀ ਟਰੈਕਟਰ ਦੀ, ਤੁਹਾਨੂੰ ਲਾਗੋਂ ਦਿਖਾ ਦਿੰਦੇ ਹਾਂ ਇੱਕ ਵਾਰੀ, ਝਾਤੀ ਮਰਵਾ ਦਿੰਦੇ, ਜਮ੍ਹਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ, ਅਤੇ ਟਮਾਟਰੀ ਜਿਹਾ ਕਲਰ ਹੁੰਦਾ। ਅਤੇ ਜੇ ਗੱਲ ਕਰੀਏ ਡਿਮਾਂਡ ਦੀ ਅਤੇ ਮਾਡਲ ਦੀ, ਮਾਡਲ ਹੈਗਾ 9 ਅਤੇ ਡਿਮਾਂਡ ਹੈਗੀ 3,80,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਟਾਇਰ ਤੁਹਾਨੂੰ ਇੱਧਰੋਂ ਵੀ ਵਿਖਾ ਦਿੰਦੇ ਹਾਂ, ਪੂਰੀ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ। ਅਤੇ ਅਗਲੇ ਬੰਨੇ ਹੈਗਾ ਮੈਸੀ 241, ਇਹ ਹੈਗਾ ਸਿੰਪਲ ਸਟੇਅਰਿੰਗ ਦੇ ਵਿੱਚ। ਅਤੇ ਇਸ ਤੋਂ ਇਲਾਵਾ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਅਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ, ਬੇਦਾਗ ਪੱਕੇ ਟਾਇਰ ਹੈ, ਚੰਗੇ ਪਏ ਨੇ। 3 ਮਾਡਲ ਹੈ, 2,35,000 ਰੁਪਇਆ ਡਿਮਾਂਡ ਹੈ, 2,35,000 ਰੁਪਇਆ ਡਿਮਾਂਡ ਹੈ। ਅਗਲੇ ਬੰਨੇ ਫੋਰਡ ਆਇਆ 3600 ਦੀ ਗੱਲ ਕਰੀਏ, 93 ਮਾਡਲ ਹੈ, 50 ਨੰਬਰ ਹੈ, 1,55,000 ਰੁਪਇਆ ਡਿਮਾਂਡ ਹੈ, ਅਤੇ ਪੂਰਾ ਸਾਫ਼ ਪਿਆ, ਉਤਲੇ ਬੰਨੇ ਲੈਮੀਲੇਸ਼ਨ ਕਰਿਆ ਹੋਇਆ ਮਗਰਾਠਾਂ 'ਤੇ। ਆਹ ਸਾਰਾ ਓਰੀਜਨਲ ਰੰਗ ਪੇਂਟ ਹੈ ਜੀ, ਜੇ ਕਿਸੇ ਨੇ ਤਿਆਰ ਕਰਵਾਉਣਾ ਨਾ ਓਰੀਜਨਲ, ਆਹ ਸਾਰਾ ਓਰੀਜਨਲ ਹੈ ਜੀ। ਅਤੇ ਅਗਲੇ ਬੰਨੇ 241, ਦੋਨੇ ਆਈਸ਼ਰ ਖੜ੍ਹੇ ਨੇ, 50 ਨੰਬਰ ਨੇ, ਉਹ ਸੁਪਰ ਹੈ ਜੀ। ਇਹ ਹੈਗਾ ਉਹ ਸੁਪਰ ਮਾਡਲ, ਸੁਪਰ ਪਲੱਸ ਹੈਗਾ ਜੀ ਉਹ। ਇਹ ਹੈਗਾ 21 ਮਾਡਲ, 3,15,000 ਰੁਪਇਆ ਡਿਮਾਂਡ ਹੈ, ਅਤੇ ਆਹ ਹੈਗਾ ਸੁਪਰ ਪਲੱਸ ਮਾਡਲ ਜੀ, ਇਹ ਹੈਗਾ 22 ਮਾਡਲ ਹੈ, ਅਤੇ 3,75,000 ਰੁਪਇਆ ਜਮ੍ਹਾਂ ਨਾਲ ਦੇ ਟਾਇਰ ਹੈ ਜੀ ਓਰੀਜਨਲ, ਉਹ ਵੀ ਹੈ ਤੇਲ ਬਰੇਕਾਂ ਜੀ। ਅਤੇ ਅਗਲੇ ਬੰਨੇ ਆਪਾਂ 3600 ਨਿਊ ਹੋਲੈਂਡ ਤੋਂ ਸ਼ੁਰੂ ਕਰਾਂਗੇ, ਟਰਾਲੇ ਵੀ ਵਿਖਾਉਣੇ ਅੱਜ, ਕਿਵੇਂ ਲੈ ਆਉਣੇ ਜੀ, ਕੋਈ ਗੱਲ ਨਹੀਂ। ਅਤੇ ਅਗਲੇ ਬੰਨੇ ਨਿਊ ਹੋਲੈਂਡ 3600, ਆਪਣੇ ਸਾਹਮਣੇ ਰਾਈਟਰ ਖੜ੍ਹਾ, ਅਤੇ 50 ਨੰਬਰ ਹੈ, 7 ਮਾਡਲ ਹੈ, 2,85,000 ਰੁਪਇਆ ਡਿਮਾਂਡ ਹੈ, ਡਬਲ ਕਲੱਚ ਹੈ ਜੀ, ਡਬਲ ਕਲੱਚ ਹੈ, ਦੇ ਸਕਦੇ ਡਬਲ ਕਲੱਚ ਦੇ ਵਿੱਚ ਹੈ, ਪੂਰਾ ਸਾਫ਼ ਪਿਆ ਟਰੈਕਟਰ, 3600 ਨਿਊ ਹੋਲੈਂਡ 3600। 241 ਫਿਰ ਤੋਂ ਆ ਗਿਆ, ਇਹ ਹੈਗਾ ਜੇ ਗੱਲ ਕਰੀਏ 2000 ਮਾਡਲ ਹੈ, 2,40,000 ਰੁਪਏ ਡਿਮਾਂਡ ਹੈ, ਸਾਰਾ ਓਰੀਜਨਲ ਪਿਆ ਜੀ, ਅਤੇ ਟਾਇਰ ਹੈ ਜਿਹੜੇ ਅਗਲੇ ਨਵੇਂ ਨੇ ਮਗਰਲੇ ਜੇ ਗੱਲ ਕਰੀਏ 80 ਪੈਸੇ ਪਏ ਜੀ, 80 ਪੈਸੇ ਮਗਰਲੇ ਟਾਇਰ ਪਏ ਨੇ। ਅਤੇ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ, ਸਾਰਿਆਂ ਤੱਕ ਵੀਡੀਓ ਜਿਹੜੀ ਪਹੁੰਚ ਜਾਣੀ ਚਾਹੀਦੀ ਹੈ, ਕਿਉਂਕਿ ਤਲਵੰਡੀ ਸਾਬੋ ਟਰੈਕਟਰ ਮੰਡੀ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਮੰਡੀ ਹੈ ਜੀ। ਅਗਲੇ ਬੰਨੇ ਆਈਸ਼ਰ 241, ਓਇਲ ਬਰੇਕ ਹੈ ਜੀ, 22 ਮਾਡਲ ਹੈ, 3,20,000 ਰੁਪਇਆ ਡਿਮਾਂਡ ਹੈ, 3,80,000 ਰੁਪਇਆ ਡਿਮਾਂਡ ਹੈ, 20 ਕਹਿਤਾ, ਅਤੇ ਨਵੇਂ ਟਾਇਰ ਹੈ ਜੀ, ਨਵੇਂ ਟਾਇਰ ਨੇ, ਦੇਖ ਸਕਦੇ ਜੀ। ਅਗਲੇ ਬੰਨੇ ਸਵਰਾਜ 744, TXT ਮਾਡਲ ਹੈ, 4-star ਹੈ, ਰਿਵਰਸ PTO, ਪਾਵਰ ਸਟੇਅਰਿੰਗ ਹੈ, ਜਮ੍ਹਾਂ ਨਵਾਂ ਮਾਡਲ ਲੱਗਾ ਖੜ੍ਹਾ। ਇਹ ਹੈਗਾ 23 ਮਾਡਲ ਹੈ, 24/7/2023 ਦੇ ਵਿੱਚ ਨਿਕਲਿਆ ਸੀ, 7,00,000 ਰੁਪਇਆ ਪੂਰੀ ਡਿਮਾਂਡ ਹੈ, 24/7/2023 ਦੇ ਵਿੱਚ ਨਿਕਲਿਆ ਸੀ ਟਰੈਕਟਰ, ਜਮ੍ਹਾਂ ਵੇਖ ਲਓ ਜਮ੍ਹਾਂ ਨਵਾਂ ਜਿਹੜਾ ਆਇਆ ਖੜ੍ਹਾ।
ਉੱਤੇ ਮਗਰਾਟਾਂ ਦੇ ਉੱਤੇ ਲੈਮੀਨੇਸ਼ਨ ਹੋਇਆ ਹੋਇਆ ਅਤੇ ਇਸ ਤੋਂ ਇਲਾਵਾ ਸੀਟ ਦਾ ਹਜੇ ਕਵਰ ਪਿਆ। ਇਹ ਜਿਹੜਾ ਸਵਰਾਜ ਨਾਲੋਂ ਵੀ ਵੱਡਾ ਹੈ, ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕਾਂ। ਜੇ ਇੰਜਨ ਦੀ ਗੱਲ ਕਰੀਏ 3200 ਪਤਾ ਨਹੀਂ 3600 ਸੀਸੀ ਦਾ ਇਹਦਾ ਇੰਜਨ ਆਉਂਦਾ ਜੀ, ਠੀਕ ਹੈ ਜੀ। ਅਤੇ 244-6-11 ਦੇ ਕਮੈਂਟ ਆ ਰਹੇ ਆਪਾਂ ਨੂੰ, ਉਹ ਵੀ ਕਰਦੇ ਹਾਂ ਬਈ, ਦਿਖਾਉਂਦੇ ਹਾਂ। ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ, ਇੱਕ ਵਾਰੀ ਲਾਈਕ ਕਰ ਦਿਓ ਸਾਰੇ ਜਣੇ, ਲਾਈਕ ਸ਼ੇਅਰ ਕਰ ਦਿਓ ਜੀ। ਅਤੇ ਆਹ ਆਪਣਾ ਯੂਟਿਊਬ ਦਾ ਲਿੰਕ ਦਿੱਤਾ, ਇੱਥੇ ਸਾਰਿਆਂ ਨਾਲੋਂ ਪਹਿਲਾਂ ਵੀਡੀਓ ਆ ਜਾਂਦੀ ਆ, ਅਤੇ ਇਹਨੂੰ ਵੀ ਫੋਲੋ ਕਰ ਲਿਆ ਜੀ। ਇੰਸਟਾਗ੍ਰਾਮ 'ਤੇ ਆਪਣਾ ਹੈਗਾ ਜੀ ਆਕਾਸ਼ ਦੀ ਵਲੋਗ 16 ਦੇ ਨਾਮ 'ਤੇ ਇੰਸਟਾਗ੍ਰਾਮ ਆਈਡੀ। ਜੇ ਕਿਸੇ ਨੇ ਵੀਰ ਭਰਾ ਨੇ ਕਮੈਂਟ ਕਰਨਾ ਹੁੰਦਾ ਜਾਂ ਕਿਸੇ ਨੇ ਐਡ ਲਵਾਉਣੀ, ਆਪਣੇ ਨਾਲ ਕੰਟੈਕਟ ਕਰ ਸਕਦਾ, ਠੀਕ ਹੈ ਜੀ। ਐਡ ਦੇ ਕੋਈ ਪੈਸੇ ਨਹੀਂ ਗੇ, ਚਾਰਜਿਸ ਨਹੀਂ ਗੇ। ਸੋਨਾਲੀਕਾ 750, ਇਹ ਹੈਗਾ ਜੀ ਸੋਨਾਲੀਕਾ 750 ਇੰਟਰਨੈਸ਼ਨਲ ਪਾਵਰ ਸਟੇਅਰਿੰਗ ਹੈ। ਅਤੇ ਲਾਈਕ ਕਰ ਦਿਓ, ਇੱਕ ਸ਼ੇਅਰ ਕਰ ਦਿਓ ਵੀਡੀਓ ਨੂੰ। 17 ਮਾਡਲ ਹੈ, 455,000 ਰੁਪਇਆ ਡਿਮਾਂਡ ਹੈ, 455 ਡਿਮਾਂਡ ਆ। ਓਇਲ ਬ੍ਰੇਕ ਹੈ ਜੀ, ਵਧੀਆ ਟਾਇਰ ਪਏ ਨੇ, 241 ਫੇਰ ਆ ਗਿਆ ਇੱਕ ਹੋਰ। ਜੇ ਗੱਲ ਕਰੀਏ ਮਾਡਲ ਦੀ ਅਤੇ ਰੇਟ ਦੀ, ਮਾਡਲ ਹੈਗਾ ਰੇਟ ਹੈਗਾ 248,000 ਰੁਪਇਆ। ਅਤੇ ਜੇ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਦੀ, ਸਿੰਪਲ ਸਟੇਅਰਿੰਗ ਟਾਇਰ ਚੰਗੇ ਨੇ, ਬੇਦਾਗ ਹੈ, 2000 ਮਾਡਲ ਹੈ ਜੀ। ਇੱਧਰ ਖੜਾ ਜੀ ਨਿਊ ਹੋਲੈਂਡ 5500 ਹੈਗਾ, ਇਹ ਹੈਗਾ ਜੀ 2008 ਮਾਡਲ, 335,000 ਰੁਪਇਆ ਡਿਮਾਂਡ ਹੈ। ਹਰਿਆਣਾ ਨੰਬਰ ਹੈ, ਲਾਣੇਦਾਰ ਲਿਖਿਆ ਜੀ ਅਗਲੇ ਬੰਨੇ, ਸਿੰਪਲ ਸਟੇਅਰਿੰਗ ਦੇ ਵਿੱਚ ਹੈ। ਅਤੇ ਸਵਰਾਜ 855 ਅਤੇ 20 ਮਾਡਲ, 635,000 ਰੁਪਇਆ ਡਿਮਾਂਡ ਹੈ, 635 ਡਿਮਾਂਡ ਹੈ। ਰਿਵਰਸ PTO ਹੈ, ਇਸ ਤੋਂ ਇਲਾਵਾ 5 ਸਟਾਰ ਹੈ, ਡਬਲ ਡਿਸਟ੍ਰੀਬਿਊਟਰ ਹੈ। ਜੇ ਗੱਲ ਕਰੀਏ ਓਇਲ ਬ੍ਰੇਕ ਹੈ ਜੀ, ਜਮਾਂ ਨਵਾਂ ਮਾਡਲ ਲੱਗਾ ਖੜਾ, ਉੱਤੇ ਮਿਊਜ਼ਿਕ ਸਿਸਟਮ ਲੱਗਾ ਜੀ ਛੋਟਾ। ਅਤੇ 575 ਭੂਮੀ ਪੁੱਤਰ ਮਾਡਲ ਆ ਗਿਆ ਜੀ, 575 DI। ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਕੰਡੀਸ਼ਨ ਦੇ, ਰੰਗ ਰੋਗਨ ਜਿਹੜਾ ਓਰੀਜਨਲ ਪਿਆ 611, ਵੀਰੇ ਅੱਗੇ 611 ਖੜਾ, ਮੈਂ ਦਿਖਾ ਕੇ ਜਾਊਂਗਾ 611। ਅਤੇ ਇੱਧਰ ਜੇ ਗੱਲ ਕਰੀਏ ਇੱਕ ਮਾਡਲ ਹੈ, 195,000 ਰੁਪਇਆ ਡਿਮਾਂਡ ਹੈ, ਜਿਹੜਾ ਮੈਂ ਪਹਿਲਾਂ ਦੇ ਕਮੈਂਟ ਉਹ ਸਾਰੇ ਰੀਡ ਕਰੀ ਜਾਂਦਾ, ਉਸ ਤੋਂ ਇਲਾਵਾ ਕਮੈਂਟਾਂ 'ਚ ਜਵਾਬ ਦੇਵਾਂਗੇ। 611 ਵਾਲੇ ਵੀਰੇ ਸ਼ੇਅਰ ਕਰ ਦੇ ਤੂੰ, ਤੇਰਾ ਅਗਲੇ ਬੰਨੇ ਟਰੈਕਟਰ ਖੜਾ, ਮੈਂ ਦਿਖਾ ਕੇ ਜਾਊਂਗਾ। ਫੋਰਡ 3600 ਸ਼ੇਅਰ ਕਰ ਦੇ ਵੀਡੀਓ ਨੂੰ, ਲਾਈਕ ਸ਼ੇਅਰ ਕਰ ਦੇ, ਦੋਨੇ ਚੀਜ਼ਾਂ ਖਿੱਚ ਕੇ। 50 ਨੰਬਰ ਹੈ, 93 ਮਾਡਲ ਹੈ, 155,000 ਰੁਪਇਆ ਡਿਮਾਂਡ ਹੈ। ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਸਿੰਪਲ ਸਟੇਅਰਿੰਗ ਓਰੀਜਨਲ ਪਿਆ, ਸਾਰਾ ਓਰੀਜਨਲ ਪਿਆ। ਅਤੇ ਇੱਧਰਲੇ ਬੰਨੇ 611 ਆ ਗਿਆ ਜੀ, 611 HMT ਪਾਵਰ ਸਟੇਅਰਿੰਗ ਕਰਿਆ ਹੋਇਆ ਜੀ। ਜੇ ਗੱਲ ਕਰੀਏ ਟਾਇਰਾਂ ਦੀ, ਟਾਇਰ ਹੈਗੇ ਨੇ ਮਗਰਲੇ ਤਾਂ, 60-65 ਪੈਸੇ ਟਾਇਰ ਪਏ ਜੀ, 60-65 ਪੈਸੇ ਟਾਇਰ ਪਏ ਨੇ। ਇਸ ਤੋਂ ਇਲਾਵਾ ਡਿਮਾਂਡ ਦੀ ਜੇ ਗੱਲ ਕਰੀਏ, ਉਹ ਹੈਗੀ ਹੈ 230,000, 95 ਮਾਡਲ ਹੈ ਜੀ, ਅਤੇ 95 ਮਾਡਲ ਹੈ, 230,000 ਰੁਪਇਆ ਡਿਮਾਂਡ ਹੈ। ਅਤੇ ਫਾਰਮ ਟਰੈਕ ADI 99 ਮਾਡਲ, 198,000 ਰੁਪਇਆ ਡਿਮਾਂਡ ਹੈ, ਸਿੰਪਲ ਸਟੇਅਰਿੰਗ ਹੈ। ਵੀਡੀਓ ਨੂੰ ਸ਼ੇਅਰ ਕਰ ਦਿਉ, ਜਿਨ੍ਹਾਂ ਜਿਨ੍ਹਾਂ ਨੇ ਟਰੈਕਟਰ ਦਿਖਾਤੇ ਉਹ ਵੀਡੀਓ ਨੂੰ ਸ਼ੇਅਰ ਕਰੀ ਚੱਲੋ। ਸੋਨਾਲੀਕਾ 750 ਇੰਟਰਨੈਸ਼ਨਲ ਨਵੇਂ ਟਾਇਰਾਂ ਦੇ ਨਾਲ, ਅਗਲੇ ਬੰਨੇ ਮਗਰਾਟ ਲੱਗੇ, ਅਗਲੇ ਬੰਨੇ ਟੈਂਕੀ ਵੀ ਲੱਗੀ ਆ, ਉਸ ਤੋਂ ਇਲਾਵਾ ਲਾਈਟਾਂ ਵੀ ਲੱਗੀਆਂ ਨੇ। ਅਤੇ 15 ਮਾਡਲ, 460,000 ਰੁਪਇਆ ਡਿਮਾਂਡ ਹੈ, ਆਹ ਟੈਂਕੀ ਲੱਗੀ, ਆਹ ਲਾਈਟਾਂ ਲੱਗੀਆਂ ਜੀ, ਆਹ ਮਗਰਾਟ ਲੱਗੇ, ਇਸ ਤੋਂ ਇਲਾਵਾ ਅਤੇ ਟਾਇਰ ਨਵੇਂ ਨੇ, ਆਹ ਮਗਰਲੇ ਟਾਇਰ ਨਵੇਂ ਨੇ, ਓਇਲ ਇੰਪ੍ਰੈਸਡ ਬ੍ਰੇਕ ਹੈ ਜੀ, ਵੇਖ ਸਕਦੇ ਜੇ। ਅਰਜਨ 605 ਵੀ ਵਿਖਾਵਾਂਗੇ ਬਈ, ਪਹਿਲਾਂ ਵੀਡੀਓ ਨੂੰ ਸ਼ੇਅਰ ਕਰੋ ਇੱਕ ਵਾਰੀ, ਸਾਰੇ ਜਣੇ ਸ਼ੇਅਰ ਕਰੋ। ਅਰਜਨ ਉਹ ਖੜਾ, ਇਹ ਨਹੀਂ ਪਤਾ 555 ਕਿ 605 ਹੈ, ਉਹ ਖੜਾ ਦਿਖਾ ਕੇ ਜਾਵਾਂਗੇ। ਇਸ ਤੋਂ ਇਲਾਵਾ 605 ਵੀ ਦਿਖਾ ਦਾਂਗੇ, ਅਤੇ 60 EPI ਵੀ ਵਿਖਾ ਦਾਂਗੇ। ਅਤੇ ਹੈਗਾ ਆਇਸ਼ਰ, ਆਇਸ਼ਰ ਦੀ ਜੇ ਗੱਲ ਕਰੀਏ 50 ਨੰਬਰ ਹੈ, ਅਤੇ ਟਾਇਰ ਨਵੇਂ ਨੇ, 20 ਮਾਡਲ ਹੈ, 285,000 ਰੁਪਇਆ ਡਿਮਾਂਡ ਹੈ, ਦੇ ਸਕਦੇ ਸਾਫ ਕੰਡੀਸ਼ਨ ਦਾ ਟਰੈਕਟਰ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ, ਲਾਈਕ ਕਰੋ ਇੱਕ ਵਾਰੀ ਸਾਰੇ ਜਣੇ, ਸ਼ੇਅਰ ਕਰੋ। ਪੰਜਾਬ ਦੀ ਮੰਡੀ ਆ, ਦਿਨ ਬੁੱਧਵਾਰ ਲੱਗਦੀ ਹੈ, ਤਲਵੰਡੀ ਸਾਬੋ ਟਰੈਕਟਰ ਮੰਡੀ।
ਸਕੌਟ 335 ਦੀ ਜੇ ਗੱਲ ਕਰੀਏ, ਸਕੌਟ 335 ਆ ਗਿਆ ਜੀ, ਪਾਵਰ ਟਰੈਕ ਜਿਹਨੂੰ ਕਹਿੰਦੇ ਆ ਹੁਣ, 93 ਮਾਡਲ ਆ, 1,30,000 ਰੁਪਇਆ ਡਿਮਾਂਡ ਹੈ, 1,30,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਸਿੰਪਲ ਸਟੀਅਰਿੰਗ ਹੈ ਜੀ, 2 ਸਿਲੰਡਰ ਇੰਜਨ ਹੁੰਦਾ ਅਤੇ 5310 ਕਲਰ ਸ਼ਿਫਟ ਕਾਲੀ ਪੇਟੀ ਵਾਲਾ ਇੰਜਨ। ਇਸ ਤੋਂ ਇਲਾਵਾ ਛਤਰੀ ਲੱਗੀ, ਮਿਊਜ਼ਿਕ ਸਿਸਟਮ ਲੱਗਾ ਹੋਇਆ ਅਤੇ ਪਾਵਰ ਸਟੀਅਰਿੰਗ ਹੈ ਜੀ, ਕਲਰ ਸ਼ਿਫਟ ਦੇ ਵਿੱਚ ਹੈ। ਅਤੇ ਜੇ ਡਿਮਾਂਡ ਦੀ ਗੱਲ ਕਰੀਏ, ਡਿਮਾਂਡ ਹੈਗੀ 5,10,000, 9 ਮਾਡਲ ਹੈ, 5,10,000 ਰੁਪਇਆ ਹਿੱਟ ਗਾਰਡ ਲੱਗੇ ਹੋਏ ਨੇ। ਅਤੇ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਕਰ ਦਿਉ ਸਾਰੇ ਜਣੇ। ਅਤੇ 3600 ਸੋਨਾਲੀਕਾ 750, 605 ਵੀਰੇ ਅਰਜਨ ਜਿਹਨੇ ਕਿਹਾ ਸੀ ਨਾ, ਕਮੈਂਟ ਕੀਤਾ ਉਹ ਖੜਾ 605, ਉਹ ਵੀ ਵਿਖਾਉਣੇ ਆ, ਇੱਕ ਵਾਰੀ ਸ਼ੇਅਰ ਕਰ ਦਿਉ। 50 ਨੰਬਰ ਹੈ ਅਤੇ 1 ਮਾਡਲ ਹੈ, 2,35,000 ਰੁਪਇਆ ਡਿਮਾਂਡ ਹੈ, ਸੋਨਾਲੀਕਾ 1 ਮਾਡਲ, ਸੈਂਟਰ ਗੇਅਰ ਸਵਰਾਜ ਵਾਲਾ ਹਿੱਸਾ ਜੀ, ਦੇਖ ਸਕਦੇ ਕੰਡੀਸ਼ਨ ਦੇਖ ਸਕਦੇ ਤੁਹਾਡੇ ਸਾਹਮਣੇ ਆ, ਵੀਡੀਓ ਨੂੰ ਸ਼ੇਅਰ ਕਰ ਦਿਉ ਇੱਕ ਵਾਰੀ। ਅਰਜਨ 605 ਦੀ ਜੇ ਗੱਲ ਕਰੀਏ ਨਾ, ਇਹ ਆ ਗਿਆ ਜੀ ਅਰਜਨ 605 ਅਲਟਰਾ ਵਨ, 50 ਨੰਬਰ ਹੈ, 8 ਮਾਡਲ ਹੈ, 3,90,000 ਰੁਪਇਆ ਡਿਮਾਂਡ ਹੈ ਅਤੇ ਬਿਨਾਂ ਡੈੱਕ ਤੋਂ ਹੈ, ਆਹ ਡੈੱਕ ਨਹੀਂ ਹੈਗਾ ਜੀ ਨਾਲ, ਠੀਕ ਹੈ, ਡੈੱਕ ਨਾਲ ਨਹੀਂ ਹੈਗਾ। ਉੱਧਰ ਆਸ਼ੇ ਦੀ ਟਰੈਲ ਚੱਲਣ ਲੱਗੀ, ਆਪਾਂ ਅਗਲੇ ਬੰਨੇ ਚੱਲਦੇ ਹਾਂ, ਤੁਹਾਨੂੰ ਥੋੜ੍ਹੇ ਟਰਾਲੇ ਅਤੇ ਸਾਰਾ ਕੁਛ ਝਾਤੀ ਮਰਵਾ ਦਿੰਦੇ ਹਾਂ ਹੋਰ ਟਰੈਕਟਰਾਂ 'ਤੇ। ਇੱਥੋਂ ਲੰਘ ਜਾਈਏ, ਇੱਥੋਂ ਲੰਘੀ ਆਪਾਂ ਕੇਰਾਂ, ਫੋਰਡ 36 ਨਿਊ ਹੋਲੈਂਡ 3630 ਆ ਗਿਆ ਜੀ, ਨਿਊ ਹੋਲੈਂਡ 3630 ਆ ਗਿਆ ਅਤੇ ਰੋਟਰੀ ਪੰਪ ਦੇ ਨਾਲ ਹੈ। ਇਸ ਤੋਂ ਇਲਾਵਾ 12 ਮਾਡਲ ਹੈ, 4,00,000, ਠੀਕ ਹੈ ਜੀ। ਚਲੋ ਇੱਧਰ ਆਪਾਂ ਨੂੰ ਨਾ ਕਰਤੀ ਵੀਰ ਨੇ, ਠੀਕ ਹੈ, ਇੱਧਰ ਨਹੀਂ ਬਣਾ ਸਕਦੇ ਵੀਡੀਓ, ਐਂ ਮੋੜ ਦਿੰਦੇ ਅਗਲੇ, ਠੀਕ ਹੈ ਜੀ। ਅਤੇ 265 DI ਪਰ ਇੱਧਰ ਵੀਡੀਓ ਬਣਾ ਨਹੀਂ ਸਕਦੇ, ਅਗਲੇ ਨੇ ਨਾ ਕੀਤੀ ਹੈ, ਮਨਾ ਕੀਤਾ ਅਗਲੇ ਨੇ, ਠੀਕ ਹੈ ਜੀ। ਚੱਲਦੀ ਵੀਡੀਓ ਦੇ ਵਿੱਚ ਜਿਹੜੇ ਲੋਕ ਕਹਿੰਦੇ ਨੇ ਨੰਬਰ ਨਹੀਂ ਲੈਂਦੇ, ਤੁਸੀਂ ਉਹ ਨਹੀਂ ਕਰਦੇ, ਅਗਲੇ ਮੋੜਦੇ ਵੀਰੇ, ਨੰਬਰ ਤਾਂ ਅਸੀਂ ਬਹੁਤ ਲੈਂਦੇ ਹਾਂ, ਅਗਲੇ ਮੋੜ ਦਿੰਦੇ ਨੇ, ਠੀਕ ਹੈ ਜੀ। ਅਤੇ ਅਗਲੇ ਬੰਨੇ ਟਰਾਲੀ ਆ ਗਈ, ਹੈਵੀ ਵਾਲੀ ਆ, 1,40,000 ਰੁਪਇਆ ਡਿਮਾਂਡ ਹੈ, ਨੰਬਰ ਵੀ ਦਿੰਦੇ ਹਾਂ। ਉਸ ਤੋਂ ਪਹਿਲਾਂ ਜੇ ਗੱਲ ਕਰੀਏ, ਨੰਬਰ ਨੋਟ ਕਰ ਲਓ ਤੁਸੀਂ, 86996 ਅਤੇ 10719 'ਚ ਆਹ ਨੰਬਰ ਹੈ ਜਿਹੜਾ, ਨੋਟ ਕਰ ਲਓ ਤੁਹਾਡੇ ਸਾਹਮਣੇ। ਆਹ ਟਰਾਲੀ ਪੂਰੀ ਹੈਵੀ ਆ, ਅਤੇ ਆਹ ਵੇਖ ਲਓ ਜੀ, ਆਹ ਦੋ ਥਾਵਾਂ 'ਤੇ ਇਹਦਾ ਗੁੱਲਾ ਨਿਕਲ ਕੇ ਪੈ ਜਾਂਦਾ, ਉੱਚਾ ਨੀਵਾਂ। ਜੇ ਟਰਾਲਾ ਨੂੰ ਵਰਤਣਾ ਟਰਾਲਾ ਵਰਤ ਲਓ, ਟਰਾਲੀ ਵਰਤਣੀ ਟਰਾਲੀ ਵਰਤ ਲਓ, ਠੀਕ ਹੈ ਜੀ। ਅਗਲੇ ਬੰਨੇ ਵੀ ਟਰਾਲੀ ਲੱਗੀ 65,000 'ਚ, ਇਹਦਾ ਕੀ ਹੈ, ਬਿਨਾਂ ਜੈੱਕ ਤੋਂ ਹੈ ਅਤੇ ਪੁਰਾਣੀ, ਜੇ ਕਿਸੇ ਨੂੰ ਚਾਹੀਦੀ ਟਰਾਲੀ, ਆਹ 65,000 'ਚ ਲੱਗੀ ਹੋਈ ਆ। ਅੱਛਾ, ਇੱਧਰ ਰੀਪਰ ਪਲੱਸ ਟਰਾਲੇ ਨੇ, ਇੱਧਰ ਥੋੜ੍ਹੀ ਝਾਤੀ ਮਰਵਾ ਦਿੰਦੇ ਹਾਂ ਤੁਹਾਨੂੰ, ਠੀਕ ਹੈ ਜੀ। KS ਦਾ ਰੀਪਰ ਖੜਾ, ਰੀਪਰ ਕਾਫੀ ਆਉਂਦੇ ਨੇ, ਇੱਕ ਅੱਧਾ ਨਹੀਂ ਆਉਂਦਾ ਰੀਪਰ, ਹੁਣ ਮੰਡੀ ਅਗਾਂ ਦੀ ਅਗਾਂ ਲੱਗਦੀ ਜਾਣੀ ਬੜੇ ਆਉਣਗੇ। ਇਹ ਹੈਗਾ ਜੀ KS, KS ਦਾ ਰੀਪਰ ਹੈ, KS ਗਰੁੱਪ ਦਾ। ਜੇ ਗੱਲ ਕਰੀਏ 15 ਮਾਡਲ ਹੈ ਅਤੇ 1,60,000 ਰੁਪਇਆ ਡਿਮਾਂਡ ਹੈ, 1,60,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ। ਪੁਲੀਆਂ ਸਾਈਜ਼ ਦੀ ਗੱਲ ਕਰੀਏ, 15-9 ਦੀ ਪੁਲੀ ਆ, 15-9 ਦੀ ਪੁਲੀ ਆ। ਅਗਲੇ ਬੰਨੇ 1,35,000 'ਚ ਆ ਟਰਾਲਾ ਹੈ, ਟਰਾਲਾ ਕਹਿ ਲਓ, ਕੁਛ ਕਹਿ ਲਓ, ਪੂਰਾ ਹੈਵੀ ਆ, 8 ਗੇਜ ਦੀ ਇਹਨੂੰ ਜਿਹੜੀ ਟਰਾਲੇ ਆ, 8 ਗੇਜ ਦੀ ਇਹਨੂੰ ਚਾਦਰ ਲੱਗੀ ਆ। ਇਸ ਤੋਂ ਇਲਾਵਾ ਇਹ ਟਾਟਾ ਦੇ ਮਾਰਕੇ ਤੁਹਾਨੂੰ ਵਿਖਾ ਦਿੰਦੇ ਹਾਂ, ਟਾਟਾ ਦੇ ਮਾਰਕੇ, ਆਹ ਟਾਟਾ ਦੇ ਮਾਰਕੇ ਆ ਜੀ, ਵੇਖ ਲਓ। ਜਿਹੜੇ ਲੋਕ ਕਹਿੰਦੇ ਆ ਵੀ ਮਾੜੀ ਕੁਆਲਿਟੀ ਜਾਂ ਕੁਛ ਵੀ ਕਹਿ ਦੇਣ, ਉਸ ਤੋਂ ਇਲਾਵਾ ਇੱਕ ਆਹ ਫੰਕਸ਼ਨ ਵੀ ਆ, ਆਹ ਤੁਸੀਂ ਲੌਕ ਕਰ ਸਕਦੇ ਜੀ, ਵੀ ਜੇ ਕਿਸੇ ਨੂੰ ਮੰਨ ਕੇ ਚੱਲੋ ਤੇਲ 'ਤੇ ਨਹੀਂ ਦੇਣੀ ਹੈ ਨਾ, ਲਾਉਣ ਵਾਸਤੇ ਲੌਕ ਕਰ ਸਕਦੇ ਜੀ। ਅਗਲੇ ਬੰਨੇ 1,32,000 ਰੁਪਇਆ
ਤੇ ਜੇ ਗੱਲ ਕਰੀਏ ਇਹਦੇ ਵਿੱਚ ਰੰਗ ਵੱਜਾ ਸਾਰਾ ਏ ਟੂ ਜੈਡ ਟਰਾਲੇ ਨੂੰ, ਹੈਵੀ ਵਾਲਾ ਜਿੱਕ ਲੱਗਦਾ ਵੇਖ ਲਓ। ਤੇ ਅਗਲੇ ਬੰਨੇ ਡੀਲੈਕਸ ਗੁੱਡ, ਤੇ ਇਹ ਵੀ ਟਰਾਲਾ 1,45,000 8 ਗੇਜ ਦੀ ਇਹਨੂੰ ਜਿਹੜੀ ਚਾਦਰ ਲੱਗੀ ਹੋਈ ਆ ਤੇ ਹੈਵੀ ਚੈਨਲਾਂ ਤੇ ਬਣੀ ਹੋਈ ਹੈ ਜੀ। ਅਗਲੇ ਬੰਨੇ ਜੇ ਗੱਲ ਕਰੀਏ 1,66,000 ਰੁਪਇਆ ਇਸ ਟਰਾਲੇ ਦੀ ਜਿਹੜੀ ਡਿਮਾਂਡ ਹੈ, ਇਹ ਚੱਲਿਆ ਹੋਇਆ 23 ਮਾਡਲ ਹੈ, ਕੁਛ ਟਾਈਮ ਚੱਲਿਆ ਹੋਇਆ। ਤੇ ਜੇ ਗੱਲ ਕਰੀਏ ਇਹ ਹੈਵੀ ਆ ਪੂਰਾ, ਤੇ ਇਹਦੇ ਜੇ ਡਬਲ ਟਾਇਰ ਆ ਤੇ ਰੇਸਾਂ ਦੇ ਡਬਲ ਟਾਇਰ ਆ, ਪੂਰਾ ਓਕੇ ਕੰਡੀਸ਼ਨ ਦਾ ਸਾਫ਼ ਪਿਆ ਟਰਾਲਾ। ਅਗਲੇ ਬੰਨੇ ਜੇ ਗੱਲ ਕਰੀਏ ਇਸ ਤੋਂ, ਤੇ 1,31,000 ਦਾ ਨਵਾਂ, ਇਹ ਤਾਂ ਨਵੇਂ ਚੀਜ਼ ਦੀ ਗੱਲ ਕਰ ਰਹੇ ਹਾਂ, ਬਾਕੀ ਮੌਕੇ 'ਤੇ ਜਿਹੜਾ ਘਾਟਾ ਵਾਧਾ ਹੋ ਜਾਂਦਾ, ਇੱਥੇ ਆਓਗੇ ਗੱਲਬਾਤ ਕਰੋਗੇ ਘਾਟੇ ਵਾਧੇ ਹੋ ਜਾਂਦੇ ਹੁੰਦੇ ਨੇ। 1,30,000 ਆਹ 1,31,000 ਦਾ, ਇਹਨਾਂ 'ਚ ਫਰਕ ਕੀ ਆ, ਇਹਦੀ ਜਿਹੜੀ ਬਣਾਵਟ ਅਗਲੇ ਬੰਨੇ ਤੁਸੀਂ ਦੇਖੋ ਅਤੇ ਇਹਦੀ ਬਣਾਵਟ ਤੁਸੀਂ ਚੈਨਲਾਂ ਦੀ, ਜਿਹੜੀ ਸਿੰਪਲ ਟਰਾਲੀ ਆਉਂਦੀ ਆ, ਆਹ ਸਿੰਪਲ ਟਰਾਲੀ ਆ ਜਾਂਦੀ, ਆਹ ਚੀਜ਼ ਟਰਾਲੇ 'ਚ ਆਉਂਦੀ ਹੈ ਹੈਵੀ ਵਾਲੀ, ਠੀਕ ਹੈ। ਅਗਲੇ ਬੰਨੇ ਇੱਧਰ ਕਾਲੀ ਚਾਦਰ ਦੇ ਆ ਗਏ ਜੀ, ਇੱਕ ਜਿਸਤੀ ਹੋ ਗਈ ਜੀ, ਇੱਕ ਜਾਜੀ ਫਰਸ਼ ਵੀ ਆਉਂਦਾ, 1,35,000 'ਚ ਮਿਲ ਜਾਏਗੀ। ਆਹ ਦੇਖੋ ਤੁਹਾਨੂੰ ਆਹ ਟਰਾਲੀ ਜਿਹੜੀ ਆਮ ਆਪਾਂ ਘਰੇ ਵਰਤਦੇ ਹਾਂ, 1,35,000 'ਚ ਤੁਹਾਨੂੰ ਦੇ ਦੇਣਗੇ। ਅਤੇ ਰੰਗ ਮਰਵਾਉਣਾ ਉਹ ਤੁਸੀਂ ਮਰਵਾ ਸਕਦੇ, ਉਤਲੇ ਬੰਨੇ ਬੈੱਡ ਪੂਰੇ ਨਾਲ ਨੇ। ਅਤੇ ਇੱਧਰ ਜੇ ਗੱਲ ਕਰੀਏ 1,35,000 ਦੀ ਆ, ਠੀਕ ਹੈ ਜੀ, ਆਹ ਰੰਗ ਵੱਜਾ ਹੋਇਆ, ਇਹਨੂੰ ਤੁਹਾਨੂੰ ਦੱਸਿਆ ਵੀ ਦੋਨੇ ਟਰਾਲੀਆਂ ਸੇਮ ਨੇ, ਠੀਕ ਹੈ, ਜਿਹੜਾ ਹਿੱਸਾ ਉਹ ਹੈਵੀ ਲੱਗਾ ਹੋਇਆ, ਠੀਕ ਹੈ ਜੀ। ਆਹ ਜਿਹੜੀ ਤੂੜੀ ਵਾਲੀ ਆ ਗਈ ਆਪਣੇ ਜਿਹੜੇ ਲੋਕ ਵਰਤਦੇ ਆ ਤੂੜੀ ਵਾਲੀ, ਅਤੇ ਹੁਣ ਆ ਉੱਤੇ ਟੋਪੀ ਲੱਗੀ ਆ ਗਈ 1,48,000 'ਤੇ, ਠੀਕ ਹੈ ਜੀ। ਅਤੇ ਦੇਖ ਸਕਦੇ ਚਮਾ ਸਮਾਂ ਸਾਫ਼ ਪਈ ਹੈ, ਅਤੇ ਪੇਂਟ ਵੱਜਾ ਹਜੇ ਤਾਜ਼ਾ, ਨਵੀਂ ਟਰਾਲੀ ਆ। ਅਤੇ ਉਹ ਪੁਰਾਣੀਆਂ ਵੀ ਆਉਂਦੀਆਂ ਨੇ ਇੱਥੇ, ਇੱਕ ਅੱਧੀ ਨਹੀਂ ਆਉਂਦੀ, ਪੁਰਾਣੀ ਤੋਂ ਲੈ ਕੇ ਨਵੀਂ ਤੋਂ ਲੈ ਕੇ ਸਾਰੀਆਂ ਹੀ ਆਉਂਦੀਆਂ ਨੇ, ਡਬਲ ਬਾਰੀ ਖੁੱਲਦੀ ਹੈ। ਅਤੇ ਬਾਕੀ ਆਪਾਂ ਵੀਡੀਓ ਇੱਕ ਸਪੈਸ਼ਲ ਬਣਾਈ ਹੋਈ, ਉਹ ਜ਼ਰੂਰ ਵੇਖਿਆ ਜੀ, ਉਹਦੇ ਵਿੱਚ ਹੋਰ ਫੰਕਸ਼ਨ ਵਾਲੀਆਂ ਟਰਾਲੀਆਂ ਆਈਆਂ ਨੇ, ਟਰਾਲੀਆਂ ਬਹੁਤ ਆਉਂਦੀਆਂ ਨੇ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਇੱਕ ਵਾਰੀ ਲਾਈਕ ਕਰ ਦਿਓ ਜਿੰਨੇ ਜਾਣੇ ਜੁੜੇ ਹੋਏ ਜੇ। ਆਹ ਵੇਖੋ ਕਿੱਡੇ ਸੋਹਣੀ, ਮੰਨ ਲਓ ਡੈਕੋਰੇਸ਼ਨ ਕੀਤੀ ਹੋਈ ਆ ਟਰਾਲੇ ਦੀ, ਅਤੇ ਮਗਰੋਂ ਦਿਖਾਉਂਦੇ ਹਾਂ, ਆ ਬੱਬੂ ਮਾਨ ਦੇ ਕੋਈ ਫੈਨ ਹੈਗੇ ਆ, ਅਤੇ ਦੇਖ ਸਕਦੇ ਜੇ, ਦੇਖ ਲਓ ਵੀ ਆਹ ਨੰਬਰ ਵੀ ਦਿੱਤਾ ਹੋਇਆ ਇਹਨਾਂ ਨੇ, ਅਤੇ ਫੌਜੀ ਐਗਰੀਕਲਚਰ ਵਰਕਰਸ ਬੁਢਲਾਡੇ ਤੋਂ, ਠੀਕ ਹੈ ਜੀ। 95018084417 ਪੰਜਾਬ PB31 ਮਾਚਨਾ ਰੀਸਕਰ, ਠੀਕ ਹੈ। ਅਗਲੇ ਬੰਨੇ ਆਪਾਂ ਤੁਹਾਨੂੰ ਟਰਾਲੀ ਦਿਖਾ ਦਿੰਦੇ ਹਾਂ, ਹੈਵੀ ਜਿਹੜੇ ਇਹਨੂੰ ਉਹ ਲੱਗਾ ਹੋਇਆ ਥੱਲੇ ਹਿੱਸਾ ਲੱਗਾ ਹੋਇਆ 8 ਨਟੀ, ਠੀਕ ਹੈ ਜੀ, 6 ਨਟੀ 8 ਨਟੀ ਦੋ ਆਉਂਦੇ ਨੇ। ਅਗਲੇ ਬੰਨੇ ਜੇ ਪ੍ਰਾਈਸ ਦੀ ਗੱਲ ਕਰੀਏ, ਨੰਬਰ ਦੇਤਾ 1,57,000 23 ਮਾਡਲ, ਯਾਨੀ ਕਿ ਹੁਣ ਟਰਾਲੀ ਤਿਆਰ ਹੋਈ ਹੈ, ਦੇਖ ਸਕਦੇ ਜੀ। ਆ ਵੀ ਇਹਦਾ ਵੀ ਤੁਹਾਨੂੰ ਨੰਬਰ ਦੇ ਦਿੰਦੇ ਹਾਂ, ਇਹ ਹੈਗੀ ਹੈ 1,40,000 ਰੁਪਇਆ, ਅਤੇ ਆ ਪੇਂਟਰ ਦਾ, ਪਰ ਇਹ ਪੇਂਟਰ ਦਾ ਨੰਬਰ ਹੈ, ਐਵੇਂ ਪੇਂਟਰ ਨੂੰ ਤੁਸੀਂ ਕਰੋਗੇ ਫੋਨ, ਹੈ ਨਾ ਪੇਂਟਰ। ਅਤੇ ਆਹ ਵੀ ਕਾਲੀ ਚਾਦਰ ਦੀ ਆ, ਅਤੇ ਫਾਈਬਰ ਹੋਡ ਵਾਲਾ ਟਰੈਕਟਰ, ਹਾਂ ਵੀਰੇ ਵਾਧੂ ਵਾਧੂ ਟਾਟਾ 'ਤੇ ਮਾਰ ਕੇ ਲੱਗਿਆ, ਵੇਖੋ ਪਹਿਲਾਂ ਆਹ ਟਾਟਾ ਦਾ ਮਾਰਕ ਆ, ਆਹ ਟਾਟਾ ਦਾ, ਠੀਕ ਹੈ ਜੀ, ਓਰੀਜਨਲ। ਅਤੇ ਇਸ ਤੋਂ ਇਲਾਵਾ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ, ਅਤੇ ਇਹ ਆਮ ਟਰਾਲੀ ਜਿਵੇਂ ਆਪਾਂ ਘਰੇ ਵਰਤਦੇ ਹਾਂ ਲੋਕ, ਇਹਦੀ ਡਿਮਾਂਡ ਲਿਖੀ ਨਹੀਂ ਹੋਈ। ਅਤੇ ਫਾਈਬਰ ਹੋਡ ਆ ਵੀਰੇ, ਆਹ ਖੜਾ ਸਾਹਮਣੇ ਫਾਈਬਰ ਹੋਡ ਹੀ ਖੜਾ ਮੇਰੇ, ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅਗਲੇ ਬੰਨੇ 605 DI ਅਰਜਨ ਨੋਵਾ ਮਹਿੰਦਰਾ, ਠੀਕ ਹੈ, ਜਿਹਨੂੰ ਕਹਿੰਦੇ ਨੇ 3 ਲੀਆਂ ਵਾਲੇ ਟਾਇਰ ਨੇ, ਅਤੇ ਓਇਲ ਬ੍ਰੇਕ ਹੈ। ਇਸ ਤੋਂ ਇਲਾਵਾ 50 ਨੰਬਰ ਹੈ ਜੀ, ਅਤੇ 15 ਮਾਡਲ ਹੈ, ਅਤੇ 5,35,000 ਰੁਪਇਆ ਡਿਮਾਂਡ ਹੈ, 5,35 ਡਿਮਾਂਡ ਹੈ, ਦੇਖ ਸਕਦੇ ਜੀ। ਉੱਚੇ ਵਾਲੇ ਪੈਡਲਾਂ 'ਚ ਪਲੈਂਟਰੀ ਆਪਣਾ ਕਹਿ ਸਕਦੇ ਹਾਂ ਪਲੇਟਫਾਰਮ ਦੇ ਵਿੱਚ ਹੈ। ਅਗਲੇ ਬੰਨੇ ਸੋਨਾਲੀਕਾ 750 RX, RX ਦੀ ਜੇ ਗੱਲ ਕਰੀਏ 14 ਮਾਡਲ ਹੈ, 4,35,000 ਰੁਪਇਆ ਡਿਮਾਂਡ ਹੈ, 50 ਨੰਬਰ ਹੈ, ਪਾਵਰ ਸਟੇਰਿੰਗ ਰਾਈਟਰ ਹੈ, ਅਤੇ ਓਰੀਜਨਲ ਵਿਆ ਜੀ, ਦੇਖ ਸਕਦੇ ਜੀ।
ਉਤਨੇ ਬੰਨੇ ਛਤਰੀ ਕੱਪੜੇ ਵਾਲੀ ਲੱਗੀ ਆ। ਸੋ ਨਾਲ ਇੱਕ ਇੰਟਰਨੈਸ਼ਨਲ 750, ਇਹ ਹੈਗਾ 4 ਮਾਡਲ, 2,45,000 ਰੁਪਇਆ ਪੰਜਾਬ ਨੰਬਰ ਹੈ ਜੀ। ਅਤੇ ਇਸ ਤੋਂ ਇਲਾਵਾ ਸਿੰਪਲ ਸਟੇਅਰਿੰਗ ਆ, ਡਬਲ ਕਲੱਚ ਹੈ, ਸਾਈਡ ਗੇਅਰ ਹੈ ਜੀ। ਸਾਈਡ ਗੇਅਰ ਟਰੈਕਟਰ ਆਏ ਸੀ ਉਦੋਂ, ਆ ਵਾਲੇ ਆਏ ਸੀ, ਅਤੇ ਸਾਈਡ ਹੀ ਰੇਸ ਹੈ ਜੀ, ਸਾਈਡ 'ਤੇ ਰੇਸ ਹੈ, ਉੱਤੇ ਹੱਥ 'ਤੇ ਰੇਸ ਨਹੀਂ ਗੀ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ। ਅਗਲੇ ਬੰਨੇ ਟਰਾਲਾ ਆ ਗਿਆ ਹੈਵੀ ਵਾਲਾ, ਉੱਤੇ ਟੋਪੀ ਵੀ ਹੈ ਨਾਲ, ਟੋਪੀ ਪਲੱਸ ਟਰਾਲਾ ਡਬਲ ਟਾਇਰਾ। ਅਤੇ ਤੁਹਾਡੇ ਸਾਹਮਣੇ ਹਿੱਸਾ ਵੇਖ ਲਓ ਕਿੱਡਾ ਹੈਵੀ ਆ। ਅਤੇ ਜੇ ਗੱਲ ਕਰੀਏ ਇਹਦੇ ਰੇਟ ਦੀ, 1,55,000, ਠੀਕ ਹੈ ਜੀ, 1,55,000 ਡਿਮਾਂਡ ਹੈ, ਵੇਖ ਸਕਦੇ ਜੀ ਹੈਵੀ ਟਰਾਲਾ। ਅਤੇ ਸਵਰਾਜ 855 ਐਫ ਈ ਮਾਡਲ ਹੈ। ਜੇ ਗੱਲ ਕਰੀਏ ਗੁੱਡੀਅਰ ਦੇ ਟਾਇਰ ਨੇ, 16-28 ਦੇ ਟਾਇਰ ਹੈ ਜੀ। ਅਤੇ ਇਸ ਤੋਂ ਇਲਾਵਾ ਜੇ ਇੱਧਰ ਟਰਾਲੇ ਵੇਖ ਲਓ ਕਿੰਨੇ ਖੜੇ, ਟਰਾਲੀਆਂ ਵੀ ਬੜੇ ਹੁੰਦੀਆਂ, ਟਰਾਲੇ ਡਬਲ ਟਾਇਰ ਹੀ ਖੜੇ, ਇੱਧਰ ਟਰਾਲੀ ਖੜੇ। ਮੰਡੀ ਇੰਨੀ ਕੁ ਭਰੀ ਹੁੰਦੀ ਹੈ, ਕੋਈ ਕਮੀ ਨਹੀਂ ਹੁੰਦੀ ਮੰਡੀ ਦੇ ਵਿੱਚ, ਜੇ ਤੁਸੀਂ ਆਓਗੇ ਨਾ ਮੰਡੀ 'ਚ, ਬਹੁਤ ਜ਼ਿਆਦਾ ਮੰਡੀ ਭਰੀ ਹੁੰਦੀ ਹੈ। ਇਸ ਤੋਂ ਇਲਾਵਾ ਮੰਡੀ ਬਾਹਲੀ ਭਰੀ ਹੁੰਦੀ ਆ। ਅਤੇ ਜੇ ਤੁਹਾਨੂੰ ਦੱਸੀਏ ਬਾਹਲੀ ਮੰਡੀ ਭਰੀ ਹੁੰਦੀ, ਪੰਜਾਬ ਦੀ ਮੰਡੀ ਹੈ। ਅਤੇ ਦਿਨ ਬੁੱਧਵਾਰ ਲੱਗਦੀ, ਤੁਹਾਨੂੰ ਹੋਰ ਲਾਈਨਾਂ 'ਚ ਲੈ ਕੇ ਚੱਲਦੇ ਹਾਂ, ਮੰਡੀ ਬਹੁਤ ਭਰੀ ਹੋਈ ਆ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ, ਲਾਈਕ ਕਰ ਦਿਓ ਸਾਰੇ ਜਾਣੇ, ਆਪਾਂ 49 ਮਿੰਟ ਪੂਰੇ ਹੋ ਗਏ ਲਾਈਵ ਜੁੜੇ 'ਚ, ਅਤੇ ਸਾਰੇ ਜਾਣੇ ਸ਼ੇਅਰ ਕਰ ਦਿਓ ਇੱਕ ਵਾਰੀ। ਇੱਥੇ ਟਰਾਇਲ 'ਤੇ ਟਰਾਇਲ ਚੱਲੀ ਜਾਂਦੀ ਆ, ਮੰਡੀ ਬਹੁਤ ਜ਼ਿਆਦਾ ਭਰੀ ਹੁੰਦੀ ਆ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ, ਲਾਈਕ ਸ਼ੇਅਰ ਕਰ ਦਿਆ ਜੀ ਇੱਕ ਵਾਰੀ। ਅੱਗਾ ਆਪਾਂ ਤੁਹਾਨੂੰ ਜਗਜੀਤ ਦਾ ਸੈੱਟ ਵਿਖਾਉਂਦੇ ਹਾਂ, ਸਾਹਮਣੇ ਆਪਣੇ ਜਗਜੀਤ ਦੀ ਸਟਾਰ ਰੀਪਰ ਖੜੀ ਆ, ਠੀਕ ਹੈ ਜੀ, ਆਈ ਆ ਹਜੇ। ਮੰਡੀ ਤਾਂ ਵੈਸੇ ਸ਼ਾਮ ਨੂੰ 4 ਵਜੇ, ਹੁਣ 4-5 ਵਜੇ ਖਤਮ ਹੁੰਦੀ ਆ, ਇਹ ਆਈ ਆ, ਜਾਂ ਕੋਈ ਸੇਲ ਹੋ ਗਈ ਆ। ਜਗਜੀਤ ਚੀਮਾ ਮੰਡੀ ਜਿਹੜੀ ਬੜੀ ਫੇਮਸ ਪ੍ਰਸਿੱਧ, ਜਿਹੜੇ ਇਹਨਾਂ ਦੀ ਮੰਨ ਲਓ ਹੋਏ, ਉਹ ਵੀ ਇੱਥੇ, ਇਹ ਸਾਰੀ ਹਰ ਇੱਕ ਤਰ੍ਹਾਂ ਦੀ ਕੰਪਨੀ ਦੀ ਜਿਹੜੀ ਇੱਥੇ ਮਸ਼ੀਨ ਆਉਂਦੀ ਹੈ, ਨੌਰਥਨ ਦੀ ਮੈਂ ਖੜੀ ਵੇਖੀ ਹੈ ਜੀ, KS ਦੀ ਤੁਹਾਨੂੰ ਵਿਖਾਤੀ ਆ, ਜਗਜੀਤ ਆਹ ਖੜੀ ਆ। ਇਸ ਤੋਂ ਇਲਾਵਾ ਹਰ ਇੱਕ ਤਰ੍ਹਾਂ ਦਾ ਟਰੈਕਟਰ ਆਉਂਦਾ ਇੱਥੇ ਤੁਹਾਡੇ ਸਾਹਮਣੇ, ਝਾਤੀ ਮਰਵਾਦ ਨੇ ਕਿੰਨੇ ਕੁ ਟਰੈਕਟਰ ਖੜੇ ਆ। ਮੰਡੀ 80 ਕੁ ਵੱਡੀ ਆ, ਇੱਧਰੋਂ ਕਿਲੋਮੀਟਰ ਇੱਧਰ 'ਚ ਫੈਲੀ ਹੈ, ਕਿਲੋਮੀਟਰ ਇੱਧਰ 'ਚ ਫੈਲੀ, ਸੜਕੋਂ ਪਾਰ ਵੀ, ਸੜਕੋਂ ਇੱਧਰ ਵੀ ਆ, ਟਰੈਲਾਂ ਵਾਸਤੇ ਟਰੈਕਟਰ ਜਾਈ ਜਾਂਦਾ। ਵੇਖੋ ਆਹ, ਵੇਖੋ ਆਹ ਟਰਾਲੀ ਇੱਕ ਇੱਧਰ ਵੀ ਖੜੀ ਹੈ, ਟਰਾਲੀ ਟਰਾਲੇ ਸਾਰਾ ਕੁਛ ਆਉਂਦਾ ਜੀ। ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰ ਦਿਓ, ਅਤੇ ਹੁਣ ਆਪਾਂ ਮਿਲਾਂਗੇ ਜੀ ਫਤਿਹਾਬਾਦ ਮੰਡੀ ਦੇ ਵਿੱਚ, ਲਾਈਵ ਹੋਵਾਂਗੇ, ਅਤੇ ਉਸ ਦਿਨ ਤੁਸੀਂ ਸਾਰਿਆਂ ਨੇ ਜੁੜਨਾ, ਜਿਹੜੇ ਲੋਕ ਭਰਾ ਅੱਜ ਜੁੜੇ, ਧੰਨਵਾਦ ਸਾਰਿਆਂ ਨੂੰ। ਵੀਡੀਓ ਸ਼ੇਅਰ ਕਰਕੇ ਜਾਇਆ ਜੇ, ਲਾਈਕ ਕਰਕੇ ਜਾਇਆ ਜੇ। ਵਿਕੀ ਨਹੀਂ ਗਈ ਅਜੇ ਟਰਾਲੀ, ਠੀਕ ਹੈ ਜੀ, ਆ ਅਤੇ ਚੈਨਲਾਂ 'ਤੇ ਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਹੈਵੀ ਹੂਵੀ ਦੀ, ਅਤੇ ਕਾਫੀ ਹੈਵੀ ਹੈ ਟਰਾਲੀ। ਜੇ ਰਿੰਮਾਂ ਦੀ ਗੱਲ ਕਰੀਏ, ਕੜਿਆਂ ਵਾਲੇ ਰਿੰਮ ਹੈ ਜੀ, ਠੀਕ ਹੈ, ਜੇ ਸਾਡੇ ਸਾਫ਼ ਪਈ ਹੈ ਟਰਾਲੀ, ਪੂਰੀ ਚੰਗੀ ਹੈ ਜੇ ਕਿਸੇ ਵੀਰ ਭਰਾ ਨੇ ਘਰ ਵਾਸਤੇ ਲੈਣੀ ਹੈ ਨਾ, ਵਧੀਆ ਪਈ ਹੈ, ਡਾਲਾ ਸਾਰਾ ਖੁੱਲ੍ਹਣ ਵਾਲਾ ਜੀ, ਠੀਕ ਹੈ। ਵੀਡੀਓ ਨੂੰ ਸ਼ੇਅਰ ਕਰੀ ਚੱਲੋ, ਲਾਈਕ ਕਰੀ ਚੱਲੋ, ਮੰਡੀ ਬਹੁਤ ਵੱਡੀ ਆ, ਤੁਹਾਨੂੰ ਐਂ ਨੂੰ ਥੋੜ੍ਹਾ ਜਿਹਾ ਹੋਰ ਘੁੰਮਾ ਦਿੰਦੇ ਹਾਂ, ਮੰਡੀ ਬੜੀ ਵੱਡੀ ਹੈ ਜੀ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ, ਅਤੇ ਤੁਹਾਨੂੰ ਦੱਸ ਦਿਓ ਮੰਡੀ ਕਿੱਡੀ ਕੁ ਵੱਡੀ ਆ। ਅਤੇ ਇਸ ਤੋਂ ਇਲਾਵਾ ਆਹ ਜਿਹੜੇ ਇੰਡੋ ਫਾਰਮ ਕਹਿ ਰਹੇ ਸੀ, ਇੰਡੋ ਫਾਰਮ 30-65 DI ਆਇਆ ਹੋਇਆ ਜੀ, ਠੀਕ ਹੈ, 735 ਆਇਆ ਹੋਇਆ, ਇੱਧਰ 50-55 ਆਇਆ ਹੋਇਆ, ਮੋਟੇ ਮੋਟੇ ਤੁਹਾਨੂੰ ਆਈਸ਼ਰ ਆਹ ਟਰਾਲੀ ਖੜੀ, ਜਾਲੀ ਸਮੇਤ, ਉੱਤੋਂ ਟੋਪੀ ਸਮੇਤ ਜੀ, 11-6 ਦੀ, ਠੀਕ ਹੈ ਜੀ, ਅਤੇ ਹੈਵੀ, ਟਰੈਕਟਰ ਦੀ ਕੋਈ ਕਮੀ ਨਹੀਂ ਜੀ, ਉਹ ਛਤਰੀ ਵਾਲਾ ਫਾਈਬਰ ਵਾਲਾ 3630 ਖੜਾ, ਫੁੱਲ ਹੈਵੀ ਹੈਵੀ,
ਮਿਊਜ਼ਿਕ ਸਿਸਟਮ ਨਾਲ ਪਲੱਸ ਜਿਹੜੀ ਐਲ ਈ ਡੀ ਲਾਈਟਸ ਪੂਰਾ ਹੈਵੀ ਲੱਗਾ ਹੋਇਆ ਇਹ ਹੈਗਾ। ਮਾਡਲ ਦੀ ਜੇ ਗੱਲ ਕਰੀਏ 13,490,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ 50 ਨੰਬਰ ਹੈ ਜੀ, 3 ਸਪੀਡ ਹੈ, ਹਾਈ ਲੋ ਮੀਡੀਅਮ। ਉਹ ਆਪਾਂ ਤਾਂ ਮੈਸੀ ਕੰਪਨੀ ਦਾ ਟਰੈਕਟਰ ਦਿਖਾਓ ਵੀਰੇ, ਮੈਸੀ ਦੇ 241 ਤਾਂ ਮੈਂ 3-4 ਦਿਖਾ ਤੇ ਆ। ਆਹ ਦੇਖੋ ਜੀ ਵੇਟ ਵਗੈਰਾ ਲੱਗੇ ਹੋਏ ਆ ਸ਼ੋਅ ਵਾਲੇ, ਦੇਖੋ ਜੀ 735 ਆ, 735 ਦੀ ਟ੍ਰਾਇਲ ਚੱਲੀ ਜਾਂਦੀ ਆ। ਅਤੇ ਇਹ ਹੈਗਾ ਡਬਲ ਕਲੱਚ, 2,65,000 ਦਾ 7 ਮਾਡਲ ਹੈ। ਅਤੇ ਮੰਡੀ ਬਾਹਲੀ ਭਰੀ ਹੁੰਦੀ ਆ, ਗੱਡੀਆਂ 'ਤੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਇੱਥੇ, ਠੀਕ ਹੈ ਜੀ। ਔਰ ਟਰਾਲੀਆਂ ਸਾਹਮਣੇ ਖੜੀਆਂ ਨੇ, ਗੱਡੀਆਂ 'ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ। ਸਾਰਿਆਂ ਨਾਲੋਂ ਵੱਡੀ ਪੰਜਾਬ ਦੀ ਮੰਡੀ, 1 ਨੰਬਰ ਮੰਡੀ ਜਿਹੜੀ ਪੰਜਾਬ ਦੀ ਮੰਨੀ ਪ੍ਰਮੰਨੀ ਮੰਡੀ, ਤਲਵੰਡੀ ਸਾਬੋ ਟਰੈਕਟਰ ਮੰਡੀ ਆ। ਇੱਥੇ ਹਰ ਇੱਕ ਤਰ੍ਹਾਂ ਦਾ ਟਰੈਕਟਰ ਹੈ, ਲਗਭਗ ਕੋਈ ਇਹੋ ਜਿਹਾ ਨਹੀਂ ਗਾ ਜਿਹੜਾ ਨਾ ਆਵੇ। ਹਰ ਇੱਕ ਤਰ੍ਹਾਂ ਦੀ ਟਰਾਲੀ ਆਉਂਦੀ ਹੈ, ਟਰਾਲੇ ਆਉਂਦੇ ਨੇ, ਡਬਲ ਟਹਿਰੇ। ਅਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਜਾਂ ਆਪਾਂ ਦੂਸਰਾ ਲਾਈਵ ਕਰਾਂਗੇ ਥੋੜ੍ਹੇ ਟਾਈਮ ਬਾਅਦ, ਉਹਦੇ ਵਿੱਚ ਜੁੜਿਆ ਜੀ। ਧੰਨਵਾਦ।